ਪੰਜਾਬ ਟੀਵੀਜ਼ਨ ਤੇ ਤੁਹਾਡਾ ਸਵਾਗਤ ਦਿਨ ਭਰ ਕਾਫੀ ਸਰਗਰਮੀ ਦੇਖੀ ਗਈ ਤੇ ਕੁਝ ਮਹੱਤਵਪੂਰਨ ਐਲਾਨ ਵੀ ਹੋਏ ਨੇ ਇਹਨਾਂ ਦਿਨਾਂ ਦੇ ਵਿੱਚ ਇੱਕ ਐਲਾਨ ਇਹ ਹੋਇਆ ਕਿ ਬੈਬਰ ਕਲਾ ਮਾਮਲੇ ਦੇ ਵਿੱਚ ਸਟੇਟਸ ਰਿਪੋਰਟ ਐਸਆਈਟੀ ਨੇ ਮੰਦਲਫਾ ਫੇਚ ਦੇ ਦਿੱਤੀ ਹੈ ਉਹਦਾ 20 ਜਨਵਰੀ ਨੂੰ 20 ਜਨਵਰੀ ਨੂੰ ਕੋਰਟ ਨੇ ਕਿਹਾ ਕਿ ਉਹ ਚਾਰਜ ਫਰੇਮ ਕਰਨ ਦੇ ਲਈ ਹੀアリング ਸਟਾਰਟ ਹੋ ਜੇਗੀ ਜਿਹੜੇ ਵੀ ਤੁਸੀਂ ਜਾਂ ਜਿਹੜੇ ਵੀ ਅਕਿਊਜ਼ਡ ਜੱਜੇ ਵੀ ਹੋਏ ਚਾਰਜ ਫਰੇਮ ਦੇ ਮਾਮਲੇ 'ਚ ਪਰ ਇੱਕ ਉਹਦਾ ਮੇਨ ਅਲਾਨਾ ਹੋ ਗਿਆ ਕਿ ਜਿਹੜੇ ਸੁਖਰਾਜ ਸਿੰਘ ਨਿਆਮੀਆਂ ਜਿਹੜੇ ਬਾਈਬਲ ਇਨਸਾਮ ਮੋਰਚਾ ਲਾਇਆ ਹੋਇਆ ਸੀ ਲਗਭਗ 2 ਸਾਲਾਂ ਤੋਂ ਉਹਨਾਂ ਨੇ ਕੱਲ ਨੂੰ ਸੁਖਰਾਨੇ ਦੀ ਅਰਦਾਸ ਕਰਕੇ ਮੋਰਚਾ ਉਠਾਉਣ ਦਾ ਐਲਾਨ ਕਰਤਾ ਹੁਣ ਇਹ ਸਵਾਲ ਨੇ ਹੋਣਗੇ ਸਭ ਦੇ ਸਾਹਮਣੇ ਕਿ ਕੀ ਇਹਦਾ ਮਤਲਬ ਹੁਣ ਮੰਨ ਲਿਆ ਸੁਖਰਾਨਾ ਕਰਤਾ ਤੇ ਜੋ ਵੀ ਕੁਝ ਅਦਾਲਤ ਹੋਏਗੀ ਉਹ ਸਿੱਖ ਮਨਾਂ ਨੂੰ ਮੋਰਚਾ ਲਾਉਣ ਵਾਲਿਆਂ ਨੂੰ ਸਭ ਨੂੰ ਸੰਤੁਸ਼ਟ ਕਰ ਦੇਗੀ ਨਹੀਂ ਕਰ ਦੇਗੀ ਇਹ ਇੱਕ ਸਵਾਲ ਅੱਜ ਆਪਾਂ ਡਿਸਕਸ ਕਰਾਂਗੇ ਦੂਸਰਾ ਸਵਾਲ ਬੜਾ ਮਹੱਤਵਪੂਰਨ ਸਵਾਲ ਇਸ ਦਾ ਕਿ ਜਥੇਦਾਰ ਐਕਟਿੰਗ ਜਥੇਦਾਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰਦੇਵ ਸਿੰਘ ਕੌਕੇ ਉਹਨਾਂ ਦੇ ਜਿਸ ਢੰਗ ਦੇ ਨਾਲ ਕਿਡਨਾਪਿੰਗ ਹੋ ਗਈ ਫੜੇ ਗਏ ਸੀ ਮੁੜ ਕੇ ਬਾਡੀ ਵੀ ਨਹੀਂ ਮਿਲੀ ਬੜੇ ਲੰਮੇ ਸਮੇਂ ਤੋਂ ਇੱਕ ਚਰਚਾ ਹੀ ਚੱਲੀ ਗਈ ਕਿ ਕੀ ਹੋਇਆ ਕੀ ਨਹੀਂ ਹਾਲਾਂਕਿ ਸਭ ਨੂੰ ਸੋ ਉਹ ਆਵ ਕੁ ਤਰੀਕੇ ਨਾਲ ਹੀ ਪਤਾ ਸੀ ਕਿ ਉਹ ਪੁਲਿਸ ਨੇ ਅਰੈਸਟ ਕੀਤੇ ਸੀ ਤੇ ਪੁਲਿਸ ਨੇ ਟੌਰਚਰ ਕਰਕੇ ਉਹਨਾਂ ਨੂੰ ਮਤਲਬ ਇੱਕ ਟਾਈਪ ਦੀ ਜਾਨ ਲੈਣ ਦਾ ਜ਼ਿੰਮੇਵਾਰੀ ਪੁਲਿਸ ਦੀ ਸੀ ਸਾਰੀ ਪਰ ਉਹ ਚੱਲਦਾ ਰਿਹਾ ਕਿ ਉਹਦੀ ਜਾਂਚ ਕਰੋ ਦੋਸ਼ੀ ਕੌਣ ਨੇ ਬਖ ਬਖ ਇਹ ਕੌਣ ਨੇ ਉਹ ਸਾਰਾ ਕੁਝ ਹੋਣ ਦੇ ਬਾਵਜੂਦ ਫਿਰ 99 ਦੇ ਵਿੱਚ ਬੀਪੀ ਤਵਾੜੀ ਏ ਡੀ ਜੀ ਪੀ ਇੱਕ ਹੁੰਦੇ ਸੀ ਉਹਨਾਂ ਨੂੰ ਇਹਦੀ ਜਾਂਚ ਸੌਂਪਤੀ ਸੀ ਉਹ ਜਾਂਚ ਰਿਪੋਰਟ ਦੱਬ ਕੇ ਰੱਖੀ ਹੁਣ ਤੱਕ ਹੁਣ ਉਹ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਕਿਤੇ ਹਾਥਾਈ ਕਿਤੋਂ ਰਿਪੋਰਟ ਤੇ ਉਹਨਾਂ ਨੇ ਅਨ ਆਫੀਸ਼ੀਅਲੀ ਜੰਗ ਤੱਕ ਰਿਪੋਰਟ ਕੀਤੀ ਹੈ ਉਹ ਮਾਮਲਾ ਕੀ ਹੈ ਕਿਸ ਲੈਵਲ ਦਾ ਤੇ ਅੱਜ ਵੀ ਕਿਉਂਕਿ ਉਹ ਜਿਹੜੇ ਮੁਕਾਬਲੇ ਆਦੇ ਸਵਾਲ ਨੇ ਜੱਜਸ ਲੈਵਲ ਦੇ ਉਹ ਅੱਜ ਵੀ ਦਰਦਨਾਕ ਨੇ ਲੋਕਾਂ ਦੇ ਸਾਹਮਣੇ ਅੱਖਾਂ ਦੇ ਸਾਹਮਣੇ ਉਹ ਪੁਰਾਣੇ ਚੀਜ਼ਾਂ ਆ ਜਾਂਦੀਆਂ ਨੇ ਉਸ ਮਾਹੌਲ ਤੇ ਇੰਡੀਆ ਅਲਾਈንስ ਜਿਹਦੇ ਲਗਭਗ 150 ਮੈਂਬਰ ਪਾਰਲੀਮੈਂਟ ਕੱਢ ਦਿੱਤੇ ਗਏ ਸੀ ਤੇ ਅੱਜ ਇਕੱਠ ਉਹਨਾਂ ਨੇ ਪਹਿਲੀ ਵਾਰ ਜੰਤਰ ਮੰਤਰ ਤੇ ਕੀਤਾ ਤੇ ਉੱਥੇ ਜੋ ਲੀਡਰਾਂ ਨੇ ਆਪਸ ਦੇ ਵਿੱਚ ਕਿਹਾ ਕਿ ਮੇ ਕਹ ਕਿ ਸਾਡਾ ਕੱਲੇ ਐਮਪੀ ਦਾ અપਮਾਨ ਨਹੀਂ ਹੈ ਬਲਕਿ ਇਹ 60% ਲੋਕਾਂ ਦਾ અપਮਾਨ ਹੈ ਜਿਨ੍ਹਾਂ ਨੇ ਉਹ ਚੁਣੇਗੇ ਜਿਹੜੇ ਲੋਕ ਬਾਹਰ ਹੋਰ ਬੈਠੇ ਸੀ ਕਿਉਂਕਿ ਉਹਨਾਂ ਦੀ ਗੱਲ ਨਹੀਂ ਪਾਰਲੀਮੈਂਟ ਚ ਕਹਿਣ ਦਿੱਤੀ ਗਈ ਉਸ ਪੱਧਰ ਦੀ ਗੱਲ ਸਾਡੇ ਸਾਹਮਣੇ ਦਿਖਾਈ ਦੇ ਰਹੀ ਹੈ ਔਰ ਇਹਦੇ ਨਾਲ ਦੀ ਨਾਲ ਇੱਕ ਗੱਲ ਹੋਰ ਜਿਹੜੀ ਅੱਜ ਕੱਲ ਚਰਚਾ ਚੱਲ ਰਹੀ ਹੈ ਸੋਨ ਅਕਾਲੀ ਦਲ ਦੀ ਲੀਡਰਸ਼ਿਪ ਬੜੀ ਤੇਜ਼ੀ ਨਾਲ ਲੱਗੀ ਹੈ ਕਿ ਬਾਕੀ ਦੇ ਗਰੁੱਪਾਂ ਨੂੰ ਨਾੜ ਬਣਾਇਆ ਜਾਏ ਉਹਨਾਂ ਦੇ ਨਾਲ ਟਾਈ ਅਪ ਕੀਤਾ ਜਾਏ ਬੜਾ ਹੀ ਕਹਿੰਦੇ ਨੇ ਬੇਸਬਰੀ ਨਾਲ ਬੜੇ ਤੇਜ਼ੀ ਦੇ ਨਾਲ ਸੰਪਰਕ ਸਾਦੇ ਜਾ ਰਹੇ ਨੇ ਕਿੰਨੇ ਅੱਕ ਸਰੇ ਚੜੂਗੇ ਕਿੰਨਾ ਨਹੀਂ ਉਹ ਲੱਗਦਾ ਤੇ ਅੱਜ ਇਹਨਾਂ ਸਾਰੇ ਮੁੱਦਿਆਂ ਤੇ ਅਸੀਂ ਚਰਚਾ ਕਰਾਂਗੇ ਆਪਸ ਦੇ ਵਿੱਚ ਸਰਦਾਰ ਜਗਤਾਰ ਸਿੰਘ ਜੀ ਮੇਰੇ ਨਾਲ ਨੇ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਅਮੀਰ ਜੀ ਤੇ ਆਪਾਂ ਦਾ ਜਿਹੜਾ ਜੀ ਪਹਿਲਾਂ ਜਿਹੜਾ ਇਹ ਹੀ ਇਸ਼ੂ ਹੈ ਸਪੋਜ਼ ਕਰੋ ਬਾਈਬਲ ਵਾਲਾ 이슈 ਬੜਾ ਲੰਮਾ 이슈 ਚੱਲਿਆ ਪਹਿਲਾਂ ਤਾਂ ਇਹਨਾਂ ਨੇ ਵੀ ਧਰਨਾ ਦਿੱਤਾ ਸਾਰੇ ਜਿਹੜੇ ਆਪਣੇ ਇਤਿਆਰ ਸਿੰਘ ਮੰਡੋਣੀ ਤੇ ਦਾਦੂ ਬਾੜੋਣੀ ਉਹ ਉਧਰ ਚਲਾ ਗਿਆ ਫਿਰ ਉਸ ਤੋਂ ਬਾਅਦ ਦੋ ਜਿਹੜੇ ਬਾਈਬਲ ਕਲਾ ਗੋਲੀ ਨਾਲ ਮਾਰੇ ਗਏ ਉਹ ਪਰਿਵਾਰ ਬੈਠ ਕੇ ਉਹਨਾਂ ਚੋਂ ਇੱਕ ਦਾ ਬੇਟਾ ਸੁਖਰਾਜ ਨੈਮੀ ਹੈ ਇਹ बार-बार ਬੈਠ ਬੈਠੇ ਉਸ ਲੈਵਲ ਦੇ ਉੱਤੇ ਰਹੇ ਤੇ ਇਹਨਾਂ ਮੁੱਦਿਆਂ ਦੇ ਵਿੱਚ ਦੋ ਧਰਾਵਾਂ ਚਰਚਾ ਹੋ ਜਾਂ ਪਿਛਲੇ ਦਿਨਾਂ ਚ ਜਿਹੜੀਆਂ ਹੋਈਆਂ ਇਹਦਾ ਮਤਲਬ ਇੱਕ ਗੱਲ ਹੋ ਗਈ ਕਿ ਸੁਖਰਾਜ ਨਿਆਮੀਆਂ ਨੇ ਇਹ ਜਿਹੜਾ ਡਿਸੀਜਨ ਲੈ ਲਿਆ ਕਿ ਕੱਲ ਨੂੰ ਸੁਖਰਾਨੇ ਦੀ ਅਰਦਾਸ ਕਰਾਂਗੇ ਤੇ ਹੁਣ ਲੋੜ ਨਹੀਂ ਹੁਣ ਕਿਉਂਕਿ ਤੱਥ ਆ ਗਏ ਨੇ ਜੋ ਵੀ ਆਉਣੇ ਸੀ ਇਹਦਾ ਮਤਲਬ ਤਾਂ ਇੱਕ ਗੱਲ ਇਹ ਲੱਗਦੀ ਆ ਫਿਰ ਇੱਕ ਸੈਕਸ਼ਨ ਜਾਂ ਫੈਮਿਲੀ ਦਾ ਸੈਕਸ਼ਨ ਕੋਹ ਜਾਂ ਬਾਕੀ ਦਾ ਉਹ ਇੱਕ ਲੈਵਲ ਤੇ ਸੈਟੀਸਫਾਈ ਹੋ ਗਿਆ ਕਿ ਇਸ ਲੈਵਲ ਦੀ ਗੱਲ ਚਲੋ ਹੋ ਗਈ ਹੈ ਤੇ ਹੁਣ ਜੋ ਕੋਰਟ ਕਰੋਗੀ ਦੇਖੀ ਜਾਊਗੀ ਉਹ ਸਾਡੇ ਸਾਹਮਣੇ ਆਈ ਹੈ ਇੱਕ ਗੱਲ ਤੇ ਦੂਸਰੀ ਗੱਲ ਇਹ ਵੀ ਹੈ ਕਿ ਅਜੇ ਤੱਕ ਕੋਚ ਹੈ ਕੀ ਹੈ ਜਿਹੜੀ ਸਟੇਟਸ ਰਿਪੋਰਟ ਆ ਉਹਦੇ ਵਿੱਚ ਪਤਾ ਹੈ ਨਹੀਂ ਚਾਰਜ ਫਰੇਮ ਹੋ ਜਾਣਗੇ ਚਾਰਜ ਫਰੇਮ ਹੋ ਕੇ ਕੀ ਹੁੰਦਾ ਅਦਾਲਤੀ ਸੈਟਅਪ ਆਪਣਾ ਢੰਗ ਨਾਲ ਚੱਲੂਗਾ ਇਹੋ ਜਿਹਾ ਰਾਇਆ ਵੀ ਉੱਥੇ ਨੇੜੇ ਫਰੀਦਕੋਟ ਦੇ ਮਾਮਲੇ ਦੇ ਵਿੱਚ ਆ ਰਹੀਆਂ ਨੇ ਕੁਝ ਸੱਜਣ ਇਹ ਕਹਿ ਰਹੇ ਨੇ ਕਿ ਕੁਮਰ ਵਿਜੇ ਪ੍ਰਤਾਪ ਨੇ ਟਰਾਈ ਕੀਤੀ ਸੀ ਐਪਲੀਕੇਸ਼ਨ ਫਾਈਲ ਕੀਤੀ ਸੀ ਉਸੇ ਫਰੀਦਕੋਟ ਦੀ ਐਡੀਸ਼ਨਲ ਸੈਸ਼ਨ ਜੱਜ ਦੇ ਕੋਰਟ ਦੇ ਵਿੱਚ ਕਿ ਮੈਨੂੰ ਵੀ ਪਾਰਟੀ ਬਣਾਓ ਕਿਉਂਕਿ ਮੇਰਾ ਨਾਮ ਬਦਨਾਮ ਹੋ ਰਿਹਾ ਮੈਂ ਇਹ ਕਰ ਰਿਹਾ ਅਦਾਲਤ ਨੇ ਉਹ ਤਾਂ ਸਵਕਾਰ ਨਹੀਂ ਕੀਤੀ ਉਹਨਾਂ ਨੇ ਕਿਹਾ ਵੀ ਤੇਰੇ ਖਿਲਾਫ ਸਾਡੇ ਕੋਲ ਤਾਂ ਕੁਝ ਨਹੀਂ ਸੁਣਵਾਈ ਨੂੰ ਬਾਹਰ ਜੋ ਬਿਆਨਬਾਜ਼ੀ ਕਰਦੀ ਹੈ ਇਹਨੂੰ ਅਸੀਂ ਨਹੀਂ ਲੈਂਦੇ ਹਾਂ ਜੇ ਕੋਈ ਸਟ੍ਰਕਚਰ ਪਾਸ ਕਰਦੇ ਅਸੀਂ ਜਾਂ ਕੁਝ ਹੋਰ ਕਰਦੇ ਫਿਰ ਤੁਸੀਂ ਕਹਿੰਦੇ ਮੇਰੀ ਸੁਣਵਾਈ ਕਰੋ ਫਿਰ ਇੱਕ ਅਲੱਗ ਗੱਲ ਸੀ ਪਰ ਕੁੰਮਰਬ ਜੇ ਪ੍ਰਤਾਪ ਜਿਹੜਾ ਦੋਸ਼ ਲਾ ਰਹੇ ਨੇ ਤੇ ਨਾਲ ਦੀ ਨਾਲ ਇਹ ਹੈ ਕਿ ਜਿਹੜੇ ਬੰਦੇ ਚਾਰ ਸੀਟ ਦੇ ਵਿਚ ਆ ਰਹੇ ਨੇ ਉਹ ਵੀ ਚਾਹੁੰਦੇ ਨੇ ਜਲਦੀ ਮਾਮਲਾ ਨਿਬੜੇ ਕਿਵੇਂ ਨਾ ਕਿਵੇਂ ਔਰ ਮੁਦਈ ਵੀ ਚਾਹੁੰਦੇ ਨੇ ਜਲਦੀ ਮਾਮਲਾ ਦੋਨੋਂ ਤਰ੍ਹਾਂ ਜਲਦੀ ਮਾਮਲਾ ਨਿਵੇੜਨ ਦੇ ਪੱਖ ਦੇ ਵਿੱਚ ਆ ਗਿਆ ਨੇ ਇਹ ਸਾਰੇ ਮਾਮਲੇ ਦੇ ਵਿੱਚ ਚਲਦੇ ਚਲਦੇ ਤੇ ਇਹਦਾ ਪੋਲਿਟਿਕਲ ਔਰ ਸਮਾਜਿਕ ਕਿਹੋ ਜਿਹਾ ਪ੍ਰਭਾਵ ਪੈਣੇ ਨੇ ਇਹ ਦੇਖਣਾ ਹੋਵੇਗਾ ਸਾਰੇ ਦੇ ਸਭ ਗੱਲ ਇਹ ਹੈ ਕਿ ਇਹ ਮਸਲਾ ਲਗਾਤਾਰ ਡਿਲੇ ਹੁੰਦਾ ਚਲਦਾ ਆ ਰਿਹਾ ਤੇ ਹੁਣ ਜਦੋਂ ਇਹ ਗੱਲ ਕੋਰਟ ਦੇ ਵਿੱਚ ਆ ਗਈ ਕਿ 20 ਜਨਵਰੀ ਨੂੰ ਇਹਦੀ ਚਾਰਸ਼ੀਟ ਫਰੇਮ ਹੋਏਗੀ ਇਹ ਦਾ ਮਤਲਬ ਕੇਸ ਤੁਰ ਪਿਆ ਚਾਰ ਸ਼ੀਟ ਫਰੇਮ ਹੋਣੀ ਪਹਿਲਾ ਸਟੱਫ ਹੁੰਦਾ ਜੁਡੀਸ਼ੀਅਲ ਪ੍ਰੋਸੈਸ ਦਾ ਦੈਟਸਡੇ ਚਾਰ ਸ਼ੀਟ ਉਦੋਂ ਫਰੇਮ ਹੁੰਦੀ ਹੈ ਜਦੋਂ ਸਾਰੇ ਇਨਕੁਆਰੀ ਕੰਪਲੀਟ ਹੋ ਜਾਂਦੀ ਹੈ ਬਾਕੀ ਬਾਅਦ ਕੋਈ ਫਾਈਨਡਿੰਗ ਆਉਂਦੀ ਹੋਵੇ ਤਾਂ ਉਹ ਅਡੀਸ਼ਨਲ ਐਡੀਸ਼ਨ ਹੋ ਹੋ ਜਾਇਆ ਕਰਦੀ ਹੈ ਮਤਲਬ ਜਿਹੜੀ ਮੇਨ ਪ੍ਰੋਬ ਹੈ ਉਹ ਹੁਣ ਖਤਮ ਹੋ ਗਈ ਇਸ ਤੋਂ ਪਹਿਲਾਂ ਕੋਟਪੂਰਾ ਮਾਮਲੇ ਦੀ ਚਾਰ ਸ਼ੀਟ ਪੇਸ਼ ਹੋਈ ਸੀ ਜਿਹਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸਰਦਾਰ ਸੰਦੀਪ ਸਿੰਘ ਬਾਦਲ ਦੋਵਾਂ ਦਾ ਨਾਮ ਸੀਗਾ ਤੇ ਉਹ ਇਸ ਕਰਕੇ ਨਹੀਂ ਅੱਗੇ ਵਧੀ ਸੀ ਕਿ ਜਦ ਤੱਕ ਬੈਵਲ ਦੀ ਰਿਪੋਰਟ ਨਹੀਂ ਆਉਂਦੀ ਬੈਵਲ ਦੂਸਰਾ ਕੇਸ ਸੀ ਉਹਦੇ ਨਾਲ ਹੀ ਪੁਲਿਸ ਫਾਇਰਿੰਗ ਦਾ ਸਵੇਰੇ ਸਾਢੇ ਸਵੇਰੇ 5 ਦੇ ਆਸ-ਪਾਸ ਕੋਟਪੂਰਾ ਪੁਲਿਸ ਨੇ ਐਕਸ਼ਨ ਕੀਤਾ ਸੀਗਾ ਪੰਜ ਲਾਂ ਦੀ ਪੁਲਿਸ ਜਰੂਰੀ ਹੈ ਤੇ ਗੁਰੂਗ੍ਰਾਂਧ ਸਾਹਿਬ ਦੇ ਬੇਗਰਮਤੇ ਦਾ ਜਿਹੜਾ ਲੋਕ ਇਨਸਾਫ ਮੰਗ ਰਹੇ ਸੀ ਉਹਨਾਂ ਤੇ ਪੁਲਿਸ ਨੇ ਉਹਨਾਂ ਨੂੰ ਉਠਾਉਣ ਦੀ ਕੋਸ਼ਿਸ਼ ਉਠਾਇਆ ਸੀਗਾ ਤੇ ਸਵੇਰੇ ਗੋਲੀ ਚੱਲ ਗਈ ਸੀ ਉਸ ਤੋਂ ਤਿੰਨ ਘੰਟੇ ਬਾਅਦ ਬਹਿਵਲ ਪੁਲਿਸ ਪੌਂਚ ਗਈ ਸੀ ਉੱਥੇ ਵੀ ਇੱਕ ਮੋਰਚਾ ਲੱਗਿਆ ਹੋਇਆ ਸੀ ਤਰਨਾ ਸੀ ਲੱਗਿਆ ਹੋਇਆ ਤੇ ਉੱਥੇ ਗੋਲੀ ਚੱਲ ਗਈ ਉੱਥੇ ਦੋ ਲੋਕ ਮਾਰੇ ਗਏ ਉਹਨਾਂ ਚ ਇੱਕ ਵਿਅਕਤੀ ਸੁਖਰਾਜ ਸਿੰਘ ਜੀ ਦਾ ਸੀ ਮੈਂਸ਼ਨ ਕੀਤਾ ਹੈ ਇਹਨਾਂ ਦੇ ਫਾਦਰ ਸੀ ਤੇ ਉਸ ਤੋਂ ਬਾਅਦ ਇਹ ਸਾਰਾ ਆਪਾਂ ਨੂੰ ਪਤਾ ਹੈ ਕਿ ਇਹ ਨੈਰੇਟਿਵ ਕਿਵੇਂ ਸਿਆਸੀ ਪੱਧਰ ਤੇ ਅਕਾਲੀ ਦਲ ਨੂੰ ਇਫੈਕਟ ਕਰਦਾ ਰਿਹਾ ਸੋ ਹਰਨ ਦੋ ਇਹ ਤੇ ਜੁਡੀਸ਼ੀਅਲ ਇਨਕੁਆਰੀਆਂ ਬੈਠੀਆਂ ਇੱਕ ਤਾਂ ਜੋਰਾ ਸਿੰਘ ਕਮਿਸ਼ਨੇ ਬੈਠਾ ਸੀਗਾ ਅਕਾਲੀਆਂ ਨੇ ਇਹ ਹੀ ਬਿਠਾਇਆ ਸੀਗਾ ਇੱਕ ਤਾਂ ਨਾਲ ਉਹਦੋਂ ਇਹਨਾਂ ਨੇ ਸਿਵਲ ਇਨਕੁਆਰੀ ਦੇਤੀ ਸੀਗੀ ਕੁਝ ਕੇ ਸਿੱਧੇ ਸਾਰਿਆਂ ਦੀ ਰਹੀਗੀ ਤੇ ਨਾਲ ਇਹ ਇੱਕ ਮਿਸ਼ਨ ਜੋਰਾ ਸਿੰਘ ਬਠਾਤਾ ਸੀਗਾ ਤੇ ਇਹਨਾਂ ਦੀ ਸਰਕਾਰ ਦੇ ਹੁੰਦਿਆਂ ਹੀ ਜੋਰਾ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ ਦਿੱਤੀ ਸੀਗੀ ਜਿਹਨੂੰ ਲੈਣ ਵਾਲਾ ਸੈਕਟਰੀਅਟ ਚ ਕੋਈ ਨਹੀਂ ਸੀ ਉਸਦਰ ਤੇ ਉਹ ਇੱਕ ਲੋਇਸਟ ਅਫੀਸ਼ਲ ਅੰਡਰ ਸੈਕਟਰੀ ਨੂੰ ਆਲਟੀਮੇਟਲੀ ਪੰਜ ਘੰਟੇ ਵੇਟ ਕਰਕੇ ਫੜਾ ਕੇ ਆ ਗਏ ਸੀਗੇ ਤੇ ਉਸ ਤੋਂ ਬਾਅਦ ਕੈਪਟਨ ਸਰਕਾਰ ਆ ਗਈ ਤਾਂ ਉਹਨਾਂ ਨੇ ਜਸਪ੍ਰੀਤ ਸਿੰਘ ਕਮਿਸ਼ਨ ਬਣਾਇਆ ਸੀਗਾ ਉਹਨਾਂ ਦੀ ਰਿਪੋਰਟ 218 ਚ ਆ ਗਈ ਸੀ ਉਹਦੀ ਉਸ ਤੋਂ ਬਾਅਦ ਕਿ ਇਸ ਦੁਆਰਾ ਐਪਰੂਵ ਨਵੇਂ ਸਿਰਿਓ ਚੱਲੀ ਐ ਐਸਐਟ ਇਸ ਬੜੀਆਂ ਬੜਾ ਕੁਝ ਹੋ ਜਾਂਦਾ ਉਸ ਤੋਂ ਬਾਅਦ ਤੇ ਨਾਲ ਪਹਿਲੇ ਜੂਨ ਨੂੰ ਉੱਥੇ ਮੋਰਚਾ ਲੱਗ ਜਾਂਦਾ ਪਰ ਗਾੜੀ ਕਿ ਇਹ ਕੇਸ ਕਿਹਦੇ ਬਤਾਓ ਚਲੋ ਚੰਗੀ ਗੱਲ ਹੈ ਕਿ ਹੁਣ ਇਹ ਤਿੰਨ ਕੇਸ ਹੈਗੇ ਐ ਸੈਕਸ਼ਨਲੀ ਇੱਕ ਤਾਂ ਕੇਸ ਹੈਗਾ ਆਪਣੇ ਪਹਿਲੇ ਜੂਨ ਨੂੰ ਜਦੋਂ ਬੋਰਚ ਤੋਂ ਪਿੰਡ ਤੋਂ ਗੁਰੂਗ੍ਰਾਸ ਸਾਹਿਬ ਦੀ ਚੋਰੀ ਹੁੰਦੀ ਹੈ ਤਾਂ ਨਾਲ ਇਹਦੇ ਹੈਗਾ ਰਿਲੇਟਡ ਬਰਗਾੜੀ ਜਦੋਂ 12 ਅਕਤੂਬਰ ਨੂੰ ਉਸ ਬੀੜ ਦੇ ਪੱਤਰੇ ਖਿਲਰੇ ਮਿਲਦੇ ਆ ਜਿਹਨੂੰ ਅੱਜ ਕੱਲ ਅਸੀਂ ਅੰਕ ਕਹਿੰਦੇ ਆ ਉਸ ਤੋਂ ਬਾਅਦ ਅੰਕ ਕਹਿਣਾ ਵੀ ਸ਼ੁਰੂ ਹੋ ਗਏ ਸੀਗੇ ਤੇ ਉਸ ਤੋਂ ਬਾਅਦ ਸੰਗਤ ਸੰਗਤ ਦਾ ਰੋਵ ਮਦਿਆ ਸੀਗਾ ਤੇ 14 ਅਕਤੂਬਰ ਨੂੰ ਕੋਟਕਪੂਰੇ ਗੋੜ ਚੱਲੀ ਫਿਰ ਬਹਿਵਲ ਕਲਾਂ ਗੋੜੀ ਚੱਲੀ ਸੋ ਬੈਕਗ੍ਰਾਉਂਡ ਇਹਦੀ ਇਹ ਹੈ ਤੇ ਹੁਣ ਅਰ ਕੇ ਮੈਟੇ ਹੀ ਹੁੰਦਾ ਹੈ ਕਿ ਜਦੋਂ ਚਾਰ ਸ਼ੀਟ ਫਰੇਮ ਹੋ ਜਾਏ ਤੇ ਬਾਕੀ ਦਾ ਜੁਡੀਸ਼ੀਨ ਪ੍ਰੋਸੈਸ ਕਿੰਨਾ ਟਾਈਮ ਲੈਂਦਾ ਕਿੰਨਾ ਲੈ ਲੈਂਦਾ ਵੀ ਚਾਰ ਸ਼ੀਟ ਦੇ ਵਿੱਚ ਕੀ ਸਾਹਮਣੇ ਆਉਂਦਾ ਇੱਕ ਸਟੇਜ ਖਤਮ ਹੋ ਗਈ ਜਿਹੜਾ ਇਹਨਾਂ ਨੇ ਅਨਾਉਂਸ ਕੀਤਾ ਨਾ ਸੁਖਰਾਜ ਹੋ ਰਹੇ ਕਿ ਮੈਂ ਕੱਲ ਅਰਦਾਸ ਕਰਕੇ ਆਪਣਾ ਧਰਨਾ ਚੱਕ ਲੂੰਗਾ ਜੇ ਜੇ ਕਰ ਦੇਖੋ ਜਿਹੜੀ ਅਲਟੀਮੇਟ ਆਊਟਕਮ ਕੀ ਹੁੰਦੀ ਹੈ ਇਹ ਕਿਸੇ ਦੇ ਹੱਥ ਨਹੀਂ ਹੁੰਦੀ ਉਹ ਤਾਂ ਜੁਡੀਸ਼ੀਅਲ ਸਿਸਟਮ ਹੈ ਜਾਂ ਸਰਕਾਰੀ ਜੋ ਤੰਤਰ ਨੇ ਰਿਪੋਰਟ ਪੇਸ਼ ਕੀਤੀ ਪੁਲਿਸ ਨੇ ਉਹਦੇ ਬੇਸੇ ਤੇ ਉਹ ਕੇਸ ਚੱਲਣਾ ਤੇ ਉਹਦਾ ਫੈਸਲਾ ਐਵੀਡੈਂਸ ਦੇ ਬੇਸੇ ਤੇ ਹੋਣਾ ਹੈ ਕੀ ਹੁੰਦਾ ਹੈ ਕੀ ਨਹੀਂ ਹੁੰਦਾ ਉਹ ਬਾਅਦ ਦੀ ਗੱਲ ਹੈ ਕਿੰਨੇ ਸਾਲ ਕੇਸ ਚੱਲਦਾ ਹੈ ਕਈ ਵਾਰੀ ਇਹ ਵੀ ਹੋ ਜਾਂਦਾ ਹੈ ਜੇ ਜਲਦੀ ਕੇਸ ਨਪਟਾਰਾ ਹੋ ਜਾਏ ਨਾ ਕਿ ਸਾਰਾ ਚੰਗੀ ਗੱਲ ਹੈਗੀ ਸੋ ਉਹ ਇੱਕ ਕੇਸ ਇਹ ਮਤਲਬ ਇਹ ਸਟੇਟ ਹੈ ਜਿਹੜੀ ਉਹ ਪੂਰੀ ਹੋ ਗਈ ਸੋ ਹੁਣ ਵੇਟ ਕਰਨੀ ਚਾਹੀਦੀ ਹੈ ਕਿ ਅੱਗੇ ਇਹ ਕੋਰਟ ਇਸ ਮਾਮਲੇ ਤੇ ਸਾਰਿਆਂ ਤੇ ਕਿਵੇਂ ਲੈਂਦੀ ਹੈ ਇਹ ਵਖਰੇ ਵਖਰੇ ਇਹ ਸਾਰੇ ਕੇਸ ਹੈਗੇ ਸਾਰੇ ਐਫ ਆਈ ਆਰ ਵਖਰੇ ਵਖਰੇ ਹੈਗੇ ਤੇ ਉਸ ਹੱਦ ਤੇ ਇਹ ਕੋਰਟਾਂ ਦੇ ਵਿੱਚ ਕਸ ਚੱਲੇਗਾ ਹੁਣੇ ਦੋ ਕੇਸ ਤਾਂ ਇਕੱਠੇ ਉਹਨਾਂ ਨੇ ਕਲਮਬ ਕਰ ਦੇਣੇ ਬਰਗਾੜੀ ਆਪਣਾ ਬੇਵਲ ਕਲਾਂ ਤੇ ਕੋਟਕਪੂਰਾ ਕੋਟਕਪੂਰਾ ਹਾਂ ਇਹਨਾਂ ਦੀ ਵੀਰ ਜੀ ਵੇਟ ਹੋ ਰਹੀ ਸੀ ਬਸ ਉਸ ਸਟੇਜ ਨਿਕਲ ਗਈ ਹੈ ਹੁਣ ਤੇ ਕੱਲ ਉਹ ਮੋਰਚਾ ਵਾਈਂਡ ਅਪ ਹੋ ਜਾਏਗਾ ਤੇ ਇਸ ਤੋਂ ਬਾਅਦ ਸਰਕਾਰੀ ਆਪਣਾ ਕੋਰਟ ਦੇ ਵਿੱਚ ਕੰਮ ਚੱਲੇਗਾ ਜਿਹੜਾ ਕੋਮਰ ਵਿਜੇਪ੍ਰਤਾਪ ਇਸੇ ਮੁੱਦੇ ਤੇ ਲਗਾਤਾਰ ਕਹਿੰਦੇ ਆ ਰਹੇ ਨੇ ਵੀ ਇੱਕ ਵਾਰ ਫੇਰ ਧੋਖਾ ਹੋ ਗਿਆ ਪੰਜਾਬੀਆਂ ਨਾਲ ਮੇਰੇ ਨਾਲ ਵੀ ਹੋ ਗਿਆ ਫੈਸਲਾ ਤਾਂ ਗੁਰੂ ਗੋਬਿੰਦ ਸਿੰਘ ਦੀ ਅਦਾਲਤ ਦੇ ਵਿੱਚ ਹੀ ਫਾਈਨਲ ਫੈਸਲਾ ਹੋਣਾ ਹੈ ਉਸ ਪੱਧਰ ਦੇ ਉੱਤੇ ਇਹ ਸਰਕਾਰ ਦੇ ਵੀ ਚੀਫ ਮਿਨਿਸਟਰ ਤੇ ਵੀ ਡਾਇਰੈਕਟਲੀ ਉਹਨਾਂ ਨੇ ਇੱਕ ਲੈਵਲ ਦਾ ਲਾਇਆ ਸੀ ਕਿ ਉਹ ਨਹੀਂ ਕਿਸੇ ਪਾਸੇ ਕਰ ਰਹੇ ਜਾਂ ਮੈਨੂੰ ਗੱਲ ਨਹੀਂ ਕਰਨ ਦੇ ਰਹੇ ਮੇਰੇ ਮੁਤਾਬਕ ਕੰਮ ਨਹੀਂ ਹੋ ਰਿਹਾ ਹਾਲਾਂਕਿ ਉਹ ਵੀ ਚੁੱਪੇ ਨੇ ਉਹਨਾਂ ਨੇ ਪਿਛਲੇ ਦਿਨਾਂ ਚ ਇੱਕ ਵਾਰ ਕਿਹਾ ਸੀ ਮੈਂ ਡੇਲੀ ਇੱਕ ਗੱਲ ਕਰਿਆ ਕਰੂੰਗਾ ਅੱਗੇ ਇੱਕ ਡੇਲੀ ਪੋਸਟ ਪਾਇਆ ਕਰੂੰਗਾ ਉਸ ਮਾਮਲੇ ਦੇ ਉੱਤੇ ਸਵਾਲ ਵੀ ਖੜੇ ਕਰਿਆ ਕਰੂੰਗਾ ਇੱਕ ਪਾਸੇ ਉਹ ਸਾਈਡ ਹੈ ਜਿਹੜੀ ਚੰਗੀ ਰਹੂਗੀ ਮੇਰੇ ਖਿਆਲ ਨਾਲ ਜਿਸ ਲੈਵਲ ਤੇ ਇੱਕ ਨੈਰੇਟਿਵ ਸਿਰਜਿਆ ਜਾਂਦਾ ਹੁੰਦਾ ਹੈ ਕਿ ਨਾ ਬਰਤਾਰਤ ਸਿਰਜਣ ਦਾ ਕਿ ਉਹਨਾਂ ਨੂੰ ਲੱਗ ਰਿਹਾ ਕਿ ਲੋਕਾਂ ਦੇ ਵਿੱਚ ਅਜੇ ਕਿ ਗੱਲ ਨਹੀਂ ਆਈ ਔਰ ਦੂਸਰੇ ਪਾਸੇ ਤਾਂ ਫਿਰ ਇੱਕੇ ਦੋ ਮਾਮਲਿਆਂ ਦਾ ਤਾਂ ਇਹਦਾ ਮਤਲਬ ਜਿਹੜੇ ਲੋਕ ਵਾਕਈ ਲੜ ਰਹੇ ਸੀ ਜਿਨ੍ਹਾਂ ਦੇ ਪਰਿਵਾਰ ਵੀ ਇਨਵੋਲਵ ਸੀ ਈਵਨ ਕੋਟਕਪੂਰਾ ਤੇ ਬਹਿਬਲ ਦੇ ਮਾਮਲੇ ਦੇ ਵਿੱਚ ਇੱਕ ਤਰ੍ਹਾਂ ਉਹਨਾਂ ਨੇ ਮੰਨ ਲਿਆ ਮਨ ਮਾਨਸਿਕ ਤੌਰ ਦੇ ਉੱਤੇ ਵੀ ਹੁਣ ਜੋ ਕੋਰਟ ਕਰੂਗੀ ਉੱਥੇ ਹੀ ਜਾ ਰਿਹਾ ਤੇ ਉਹੀ ਮਾਮਲਾ ਹੈ ਇਸ ਲਈ ਉਹਨਾਂ ਨੇ ਵਾਈਂਡ ਅਪ ਕਰਨ ਦੀ ਗੱਲ ਕੀਤੀ ਹੈ ਤੇ ਜਿਹੜਾ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਉਹ ਵੱਡਾ ਮਾਮਲਾ ਹੈ ਜੇ ਉਵੇਂ ਹੀ ਉਹ ਖੜਾ ਹੈ ਮਤਲਬ ਉਹ ਤਾਂ ਲੀਗਲ ਪਹਿਲੂ ਨਾਲ ਲੋਕ ਮੰਨ ਜਾਣਗੇ ਜਾਂ ਜਿਹੜੇ ਪੋਲੀਟੀਕਲ ਪਰਸੈਪਸ਼ਨ ਬਣੀ ਹੁੰਦੀ ਹੈ ਉਸ ਪੱਧਰ ਦੇ ਉੱਤੇ ਅਜੇ ਵੀ ਉਹ ਰਿਸ਼ਤਾ ਰਹੂਗਾ ਚੱਲਦਾ ਰਹੂਗਾ ਖैर ਇਹੋ ਜੇ ਮਾਮਲਿਆਂ ਦਾ ਕਲੋਜ਼ਰ ਤਾਂ ਕਾਫੀ ਘੱਟ ਹੀ ਹੁੰਦਾ ਹੈ ਕੰਪੈਰੀਟਿਵਲੀ ਕਿਉਂਕਿ ਫਿਰ ਵੀ ਮਾਮਲੇ ਚੱਲਦੇ ਰਹਿੰਦੇ ਨੇ ਕਿਸ ਨਾ ਕਿਸੇ ਰੂਪ ਦੇ ਵਿੱਚ ਉਹ ਗੱਲ ਇਹ ਹੈ ਕਿ ਇਹ ਜਿਹੜਾ ਵੇਰ ਵਿਲਾ ਮਾਮਲਾ ਉਹ ਬਿਲਕੁਲ ਵੱਖਰਾ ਹੈ ਇਹ ਕੋਰਪੋਰੇਟ ਹੈ ਬਹਿਬਲ ਕਲਾ ਇਹ ਮਖਰਾ ਇਸ਼ੂ ਹੈ ਇਹ ਸਿਰਫ ਪੁਲਿਸ ਫਾਇਰਿੰਦਾ ਇਸ਼ੂ ਹੈ ਦੋਵਾਂ ਦਾ ਜਿਹੜਾ ਅਸਲੀ ਕੇਸ ਹੈਗਾ ਮੀਰ ਜੀ ਉਹ ਤਾਂ ਹੈਗਾ ਗੁਰੂ ਗ੍ਰੰਥ ਸਾਹਿਬ ਦੀ ਵੇਦਵੀ ਦਾ ਪਹਿਲਾਂ ਚੋਰੀ ਦਾ ਫਿਰ ਵਿਅਦਬੀ ਦਾ ਉਹਦੀਆਂ ਤਾਰਾਂ ਜਾ ਕੇ ਜੁੜਦੀਆਂ ਡੇਰਾ ਸੱਚਾ ਸੌਦਾ ਇੱਕ ਵਾਰੀ ਕੋਸ਼ਿਸ਼ ਹੋਈ ਸੀ ਪ੍ਰੋਡਕਸ਼ਨ ਮਰੰਡ ਤੇ ਲਿਆਉਣ ਨੂੰ ਦੀ ਡੇਰਾ ਸੱਚਾ ਸੌਦੇ ਦੇ ਹੈੱਡ ਗੁਰਮੀਤ RAM ਰਹੀਮ ਨੂੰ ਉਸ ਤੋਂ ਬਾਅਦ ਤਾਂ ਕੋਸ਼ਿਸ਼ ਵੀ ਨਹੀਂ ਹੋਈ ਯਾਰ ਕਿ ਵਾਰ-ਵਾਰ ਉਹ ਇਨਸਾਨ ਰੇਪ ਤੇ ਮਰਡਰ ਕੇਸ ਦੇ ਵਿੱਚ ਸਜ਼ਾ ਹੋਣ ਤੋਂ ਬਾਅਦ ਵੀ ਪੈਰੋਲ ਤੇ ਆ ਰਿਹਾ ਇਹ ਬੜਾ ਕਮਾਲ ਦਾ ਹੀ ਸਿਚੁਏਸ਼ਨ ਹੈ ਨਾ ਪੰਜਾਬ ਪੁਲਿਸ ਨੂੰ ਨੇ ਮੁੜ ਕੇ ਟਰਾਈ ਵੀ ਨਹੀਂ ਕੀਤੀ ਕਿ ਇਹਨੂੰ ਪ੍ਰੋਡਕਸ਼ਨ ਵਾਰੰਡ ਤੇ ਲਿਆ ਕੇ ਉਹਦੀ ਕਸਟੋਡੀਅਲ ਇੰਟਰੋਗੇਸ਼ਨ ਕੀਤੀ ਜਾਂਦੀ ਜਿਹੜਾ ਮੇਨ ਕਾਰਪੋਰੇਟ ਹੈ ਜੇ ਉਹਦੀ ਹੀ ਇੰਟਰੋਗੇਸ਼ਨ ਨਹੀਂ ਹੁੰਦੀ ਔਰ ਉਹ ਤੇ ਕੇਸ ਨਹੀਂ ਚੱਲਦਾ ਤੇ ਫਿਰ ਗੱਲ ਕਿੱਥੇ ਖੜੀ ਹੈ ਜਿਹੜਾ ਅਸਲੀ ਮੁੱਦਾ ਹੈ ਉਹ ਤਾਂ ਉੱਥੇ ਹੈ। ਔਰ ਜਿਹੜੇ ਹੋਰ ਲੋਕਾਂ ਦੇ ਨਾਂ ਕੁਝ ਲੋਕਾਂ ਦੇ ਆਏ ਡੇਰੇ ਸੱਚੇ ਸੌਦੇ ਵਾਲਿਆਂ ਦੇ ਜਿਹੜਾ ਲਿਕਸੀ ਸਾਰੀ ਗੱਲ ਤੇ ਆ ਕੇ ਉਹ ਤਾਂ ਅਰੈਸਟ ਵੀ ਨਹੀਂ ਹੋਏ ਹੈ ਜੀ। ਸੋ ਇਹ ਬੜੀ ਅਜੀਬ ਜੀ ਸਿਚੁਏਸ਼ਨ ਹੈ ਸਾਰੀ ਗੱਲ ਤੇ ਆ ਕੇ। ਜਦੋਂ ਅਸੀਂ ਇਨਸਾਫ ਮੰਗਣ ਦੀ ਗੱਲ ਕਰਦੇ ਆਂ ਇਨਸਾਫ ਕਿਹੜੀ ਗੱਲ ਦਾ ਮੰਗਦੇ ਆਂ? ਇਨਸਾਫ ਬੇਸਿਕ ਇਸ਼ੂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦਾ ਹੈ। ਉਹ ਮਸਲਾ ਉਥਰ ਉਥੇ ਖੜਾ ਸੁਖਾਲ ਸਿੰਘ ਹੋਰਾਂ ਦੇ ਧਰਨੇ ਦਾ ਉਹਦੇ ਨਾਲ ਕੋਈ ਤਲਕ ਨਹੀਂ ਸੀਗਾ ਉਹ ਜਿਹੜਾ ਬਰਗਾੜੇ ਮੋਰਚਾ ਲੱਗਿਆ ਸੀਗਾ 1 ਜੂਨ ਤੇ ਨੂੰ 2018 ਨੂੰ ਉਹਦੇ ਨਾਲ ਤਲਕ ਸੀਗਾ ਸਾਰੀ ਚੀਜ਼ ਦਾ ਸੋ ਇਹ ਵੱਖਰੇ ਵੱਖਰੇ ਇਸ਼ੂ ਹੈਗੇ ਜਦੋਂ ਆਪਾਂ ਇਹਦੀ ਗੱਲ ਕਰਦੇ ਹਾਂ ਕਿ ਇਹ ਧਰਨਾ ਚੱਲ ਰਿਹਾ ਹੈ ਇਹ ਕੋਟਕਪੂਰਾ ਦਾ ਬਹਿਵਲ ਫਾਇਰਿੰਗ ਦਾ ਕੇਸ ਹੈ ਜਿਹੜਾ ਅਸਲ ਮੁੱਦਾ ਹੈ ਜਿਹੜੀ ਜਾੜੇਗੀ ਉਹ ਮਸਲਾ ਤਾਂ ਉੱਥੇ ਦਾ ਉੱਥੇ ਹੀ ਖੜਾ ਹੈ ਉਹਦਾ ਨਪਟਾਰਾ ਕਿਵੇਂ ਹੋਵੇ ਇਹ ਸਰਕਾਰਾਂ ਵੀ ਜਵਾਬ ਦੇਣ ਨਾ ਜਿਹੜੀ ਗੱਲ ਕੋਰ ਵਿਜੇ ਪ੍ਰਤਾਪ ਕਹਿ ਰਹੇ ਹੈ ਉਹ ਮੇਰੇ ਖਿਆਲ ਚ ਉਹਦਾ ਹਿੰਟ ਇਸ ਪਾਸੇ ਹੈ ਕਿ ਕੇਸ ਦਬਿਆ ਜਾ ਰਿਹਾ ਹੈ ਜੱਤ ਤੱਕ ਜੇਰਾ ਸੱਚਾ ਸੌਦਾ ਦੇ ਅਸਲੀ ਬੰਦੇ ਅਰੈਸਟ ਨਹੀਂ ਹੁੰਦੇ ਇਹ ਉਸ ਪਾਸ ਉਹ ਐਫਆਈਆ ਉਹ ਐਫਆਈਆ ਦਰਜ ਹੈਗਾ ਤੁਹਾਡੇ ਅਲੱਗ ਪਹਿਲਾਂ ਉਹ ਤਿੰਨ ਪਟਾਰਾ ਕਿਵੇਂ ਹੋਏ ਗੱਲ ਇਹ ਸੋ ਗੱਲ ਉਥੇ ੜਦੀ ਹੈ ਸੋ ਇਹ ਮਸਲਾ ਵਿਚ ਵਿਚਾਲੇ ਹੀ ਰਹਿਣਾ ਹੈ ਜਿਹੜੇ ਸਿੱਖ ਸਾਇਕੀ ਦੀ ਗੱਲ ਕਰਦੇ ਹੁੰਦੇ ਆਪਾਂ ਉਹ ਉਹਦਾਂ ਲਿੰਟ ਹੈਗਾ ਸਿੱਖ ਸਾਇਕੀ ਦਾ ਮਸਲਾ ਇਹ ਗੋਲੀ ਦੇ ਨਾਲ ਨਹੀਂ ਹੈ ਇਹ ਅਕਾਲੀ ਦਲ ਦੀ ਹੋਂਦ ਨਾਲ ਲਿੰਕ ਸੀ ਜਿਹੜੀ ਬੋਲੀ ਵਾਲਾ ਮਸਲਾ ਹੈ ਨਾ ਇਹ ਇਹਨਾਂ ਦੇ ਸਮੱਸਿਆ ਜਿਹੜੀ ਅਕਾਲੀ ਦਲ ਦੀ ਸੀਗੀ ਉਹ ਇਹ ਦੋ ਕੇਸ ਮੇਨ ਸੀਗੀ ਵੀ ਗੋਲੀ ਇਹਨਾਂ ਵੱਲੇ ਚੱਲੀ ਸੀਗੀ ਤੇ ਉਸ ਤੋਂ ਪਹਿਲਾਂ ਦੋ ਨਰੇਟਿਵ ਜਿਹੜੇ ਬਿਲਟ ਹੁੰਦਾ ਜਿਹਦੇ ਨਾਲ ਮੈਂ ਕਦੇ ਸਹਿਮਤ ਹੋਈ ਨਹੀਂਗਾ ਬਈ ਬੇਰਵੀ ਬਾਦਲਾ ਨੇ ਕਰਾਈ ਤੇ ਬੋਲੀ ਮੁੱਖ ਮੰਤਰੀ ਦੇ ਕਹਿਣ ਤੇ ਚੱਲੀ ਦੋਵੇਂ ਗੱਲਾਂ ਗਲਤ ਹੁੰਦੀਆਂ ਸਪੋਰਟ ਤੇ ਨਹੀਂ ਹੁੰਦਾ ਇਹਨਾਂ ਦੇ ਸਿਆਸਤ ਦੇ ਵਿੱਚ ਵੀ ਹੁੰਦੀ ਹੈ ਚਲੋ ਗੱਲ ਵੱਖਰੀ ਹੈਗੀ ਹੈ ਲੇਕਿਨ ਜਦ ਤੱਕ ਅਸਲੀ ਜਿਹੜਾ ਕਿ ਜੜਤ ਹੈ ਜਿਹੜਾ ਕੇਸ ਜਦ ਤੱਕ ਉਹਦਾ ਉਹ ਅੱਗੇ ਨਹੀਂ ਵੱਧਦਾ ਤੇ ਉਹ ਤੱਕ ਆਪ ਇਨਸਾਫ ਕਿਹੜੀ ਗੱਲ ਦਾ ਮੰਗਦੇ ਇਨਸਾਫ ਤਾਂ ਫਿਰ ਆਪਾਂ ਸਿਰਫ ਇਹ ਜਿਹੜੀ ਗੋਲੀ ਚੱਲੀ ਇਹਦਾ ਮੰਗ ਰਹੇ ਆ ਅਸਲੀ ਜਿਹੜਾ ਮੁੱਦਾ ਹੈ ਉਹ ਅੱਗੇ ਤੁਰਨਾ ਚਾਹੀਦਾ ਨਾ ਕਿ ਪੰਗੋਨਤਮਾਨ ਹੋ ਰਹੇ ਨੂੰ ਖੁਦ ਇਹ ਗੱਲ ਕਲੀਅਰ ਕਰਨੀ ਚਾਹੀਦੀ ਹੈ ਕਿ ਜਿਹੜਾ ਅਸਲੀ ਕੇਸ ਆ ਉਹ ਕਿੱਥੇ ਖੜਾ ਹੈ ਉਹੀ ਗੱਲ ਮੇਰੇ ਖਿਆਲ ਕਮਰ ਵਿਜੇ ਵਰਤਾ ਵਾਰ-ਵਾਰ ਕਰ ਰਹੇ ਆ ਕਿ ਉਸ ਕੇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਜਦ ਤੱਕ ਪ੍ਰੋਕਿਊਰਮਨਟ ਤੇ ਲਿਆ ਕੇ ਉਹ ਲੋਕ ਦੇ ਇੰਟਰੋਗੇਸ਼ਨ ਨਹੀਂ ਹੁੰਦੇ ਜਿਹੜਾ ਚੀਫ ਦੀ ਉਹਦਾ ਇਨਸਾਫ ਨਹੀਂ ਮਿਲਦਾ ਸਰਕਾਰਾਂ ਅਸਲ ਚ ਮੈਟਰ ਨਹੀਂ ਕਰਦੀਆਂ ਪਤਾ ਨਹੀਂ ਆਉਂਦੀਆਂ ਰਹਿੰਦੀਆਂ ਨੇ ਜਾਂਦੀਆਂ ਰਹਿੰਦੀਆਂ ਨੇ ਪਰ ਬਹੁਤ ਸਾਰੇ ਜਿਹੜੇ ਕ੍ਰੂਸ਼ਲ ਮੁੱਦੇ ਨੇ ਉੱਥੇ ਹੀ ਖੜੇ ਰਹਿੰਦੇ ਨੇ ਇਸੇ ਤਰ੍ਹਾਂ ਤੁਸੀਂ ਦੇਖੋ ਕਿ ਜਿਹੜੀ ਉਹ ਓਵਰਆਲੇ ਸਿੱਖ ਮੂਵਮੈਂਟ ਸੀ ਉਹਦੇ ਦੌਰਾਨ ਕਿੰਨੇ ਮਾਮਲੇ ਰਟਕਦੇ ਪਏ ਗੁਰਨਾਮ ਸਿੰਘ ਬਨਾਲਾ ਚ ਸਟੇਟ ਨੇ ਆਪ ਮੰਨ ਲਿਆ ਸੀ ਆ ਕੇ ਹੁਣ ਲੇਟ ਉਹਦੇ ਮਾਮਲੇ ਦੇ ਵਿੱਚ ਝੂਠੀ ਵੀ ਮੁਕਾਬਲਾ ਉਹਨਾਂ ਦੀ ਜਗ੍ਹਾ ਤੇ ਕੋਈ ਹੋਰ ਬੰਦਾ ਸੁਖਜੀਤ ਸਿੰਘ ਨਾਂ ਦਾ ਮਾਰਤਾ ਸੀ ਤੇ ਹੋਰ ਇਹ ਜਿਹੇ ਕੇਸ ਵਾਪਰੇ ਤੇ ਪਰ ਇਹ ਬਹੁਤ ਮਹੱਤਵਪੂਰਨ ਮਾਮਲਾ ਸੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਭਾਈ ਜਸਵੀਰ ਸਿੰਘ ਰੋਡੇ ਸਰਬੱਤ ਖਾਲਸਾ ਦੇ ਵਿੱਚ ਇੱਕ ਟਾਈਪ ਦੇ ਉਹਨਾਂ ਨੇ ਜਥੇਦਾਰ ਬਣਾਏ ਸੀ ਪਰ ਉਹ ਜੇੜ ਦੇ ਅੰਦਰ ਸੀ ਤਾਂ ਐਕਟਿੰਗ ਜਥੇਦਾਰ ਭਾਈ ਕੌਕੇ ਨੂੰ ਕੌਕੇ ਨੂੰ ਬਣਾਇਆ ਮੇਰੇ ਖਿਆਲ ਇਹ 1986 ਦੀ ਹੋ ਗੱਲ ਇਹ ਬਾਅਦ ਵਿੱਚ ਬਣੇ ਆ ਪਹਿਲਾਂ ਆਪਾਂ ਆਪਣੇ ਬਾਬਾ ਗੁਰਪ੍ਰੀਤ ਸਿੰਘ ਮਾਨੋਚਾਲ ਸੀ ਮਾਨੋਚਾਲ ਇਹ 92 93 ਚ ਆ ਕੇ ਬਣੇ ਹਾਂ ਬਾਅਦ ਵਿੱਚ ਬਣਦੇ ਆ ਜਥੇਦਾਰ ਕੌਕੇ ਨੂੰ ਬਣਾਇਆ 92 93 ਚ ਤੇ ਉਦੋਂ ਥੋੜੇ ਸਮੇਂ ਬਾਅਦ ਹੀ ਤੇ ਇਹਨਾਂ ਪੁਲਿਸ ਅਰਾਸਟ ਕੀਤਾ ਕਈ ਵਾਰ ਫੜਕੇ ਵੀ ਛੱਡੇ ਪਰ ਇੱਕ ਵਾਰ ਤਾਂ ਫਿਰ ਮੁੜ ਕੇ ਨਹੀਂ ਆਏ ਉਸ ਲੈਵਲ ਦੇ ਉੱਤੇ ਉਦੋਂ ਬਾਅਦ ਲਗਾਤਾਰ ਇਹ ਦਬਾਅ ਪੈਂਦਾ ਰਿਹਾ ਤੁਸੀਂ ਦੇਖੋ ਕਿ ਜਥੇਦਾਰ ਐਕਟਿੰਗ ਜਥੇਦਾਰ ਅਕਾਲ ਤਖਤ ਉਹਨੂੰ ਪੁਲਿਸ ਫੜਦੀ ਹੈ ਤੇ ਫੜ ਪੁਲਿਸ ਫੜਕੇ ਟੌਰਚਰ ਕਰਦੀ ਹੈ ਬਹੁਤ ਟੌਰਚਰ ਕਰਕੇ ਉਹਨਾਂ ਦੀ ਜਾਨ ਲੈ ਲਈ ਜਾਂਦੀ ਹੈ ਤੇ ਇਹ ਸਾਰੇ ਮਾਮਲੇ ਦੇ ਉੱਤੇ ਕੋਈ ਬਹੁਤ ਬਿਹਤਰ ਜਾਂਚ ਨਹੀਂ ਹੁੰਦੀ ਕਿਸੇ ਲੈਵਲ ਦੀ ਪਰ ਫਿਰ ਵੀ ਲੋਕਾਂ ਨੂੰ ਵੀ ਇਸ ਵਿੱਚ ਚਲੋ ਸ਼ਾਇਦ ਹਾਲਾਤ ਬਦਲਣ ਲੱਗੇ 93 ਤੋਂ ਬਾਅਦ 94 95 ਕਾਂਗਰਸ ਗਵਰਨਮੈਂਟ ਆਈ 97 ਚ ਅਕਾਲੀ ਗਵਰਨਮੈਂਟ ਆ ਗਈ ਉਹਨਾਂ ਨੇ ਤਾਂ ਵੈਸੇ ਹੀ ਵਾਅਦਾ ਕੀਤਾ ਸੀ ਓਵਰਆਲ ਜਾਂਚ ਕਰਾਉਣ ਦਾ ਚਲੋ ਉਹ ਨਹੀਂ ਵੀ ਜਾਂ ਉਹ ਤਾਂ ਕਿੱਥੇ ਕਰਾਉਣੀ ਸੀ ਤੇ ਇੱਕ ਹੋਰ ਮਾਮਲਾ ਚੱਲਦੇ ਚੱਲਦੇ ਜਿਹੜਾ ਇਹ ਮਾਮਲਾ ਸੀਗਾ ਇਹਨੂੰ ਕਿਸੇ ਨਿਆਇਕ ਜਾਂਚ ਜਾਂ ਕਿਸੇ ਹੋਰ ਜੱਜ ਦੀ ਅਗਵਾਈ ਚ ਜਾਂਚ ਦੀ ਬਜਾਏ ਜਿਹੜਾ ਡੈਲੀਗੇਸ਼ਨ ਗਿਆ ਸੀ ਬਾਦਲ ਸਾਹਿਬ ਕੋਲ ਉਦੋਂ ਕਹਿੰਦੇ ਉਹ ਕਹਿੰਦੇ ਨੇ ਪੁਲਿਸ ਅਫਸਰ ਤੋਂ ਜਿੱਦੋਂ ਕਹੋ ਕਰਾ ਦਿੰਦੇ ਆ ਹੋਰ ਤਾਂ ਨਹੀਂ ਹੈ ਤਾਂ ਜਿਹੜਾ ਡੈਲੀਗੇਸ਼ਨ ਗਿਆ ਸੀ ਉਹਨਾਂ ਨੇ ਕਹਿਤਾ ਸੀ ਕਿ ਉਦੋਂ ਨੇ ਡੀਜੀਪੀ ਬੀਪੀ ਤਵਾਰੀ ਤੋਂ ਕਰਾ ਦੋ ਉਹਨੂੰ ਸਾਰਾ ਨਿਮੇਚ ਉਹਨਾਂ ਨੇ ਜਾਂਚ ਰਿਪੋਰਟ ਵੀ ਦੇਤੀ ਜਾਂਚ ਰਿਪੋਰਟ ਦੇ ਵਿੱਚ ਉਦੋਂ ਬਾਅਦ ਵੀ ਤੁਸੀਂ ਦੇਖੋ ਕਿ ਅਕਾਲੀ ਦਲ ਵੀ ਉਹਨਾਂ ਦੇ ਇਕੱਲਾ 99 ਤੋਂ ਉਦੋਂ ਤੱਕ ਰਿਹਾ ਸੱਤਾ ਦੇ ਵਿੱਚ ਫਿਰ 7 ਤੋਂ ਲੈ ਕੇ ਫਿਰ 17 ਤੱਕ ਰਿਹਾ 10 ਸਾਲ ਵਿੱਚ ਦੀ ਕਾਂਗਰਸ ਗਵਰਨਮੈਂਟਾਂ ਵੀ ਆਈਆਂ ਤੇ ਉਹ ਸਾਰਿਆਂ ਨੇ ਕਿਸੇ ਨੇ ਉਹ ਰਿਪੋਰਟ ਦਾ ਜ਼ਿਕਰ ਹੁੰਦਾ ਰਿਹਾ ਬਾਰ-ਬਾਰ ਕਈ ਵਾਰ ਉੱਪਰ ਆ ਵੀ ਉਹ ਤਾਂ ਦੱਸੋ ਤਾਂ ਅਸੀਂ ਕੀ ਬਣਿਆ ਪਰ ਉਹ ਰਿਪੋਰਟ ਠੱਡੇ ਵਸਤੇ ਜੀ ਪਈ ਨੇ ਅੱਜ ਇਹ ਰਿਪੋਰਟ ਮੁੜ ਕੇ ਕਿਸ ਨਾ ਕਿਸੇ ਰੂਪ ਦੇ ਵਿੱਚ ਦੁਬਾਰਾ ਉਜਾਗਰ ਹੋਈ ਹੈ ਪੰਜਾਬ ਹੰਬਰਟਸ ਆਰਗੇਨਾਈਜੇਸ਼ਨ ਬੰਨੂ ਇਹ ਪਾਇਆ ਹੋਇਆ ਸੀਗਾ ਕੋਈ ਆਰਟੀਆਈ ਪਾਈ ਸੀ ਤੇ ਆਰਟੀਆਈ ਤਾਂ ਸ਼ਾਇਦ ਸਟੈਂਪ ਵਾਲੀ ਤਾਂ ਉਹ ਨਹੀਂ ਹੈ ਰਿਪੋਰਟ ਉਸ ਪੰਦਰ ਤੇ ਪਰ ਉਹਦੀ ਕਾਪੀ ਉਹਨਾਂ ਕੋਲ ਉਹਨਾਂ ਨੇ ਜਨਤਕ ਕੀਤੀ ਉਸ ਲੈਵਲ ਦੇ ਉੱਤੇ ਪੋਰਟ ਹੁਣ ਸੋਸ਼ਲ ਮੀਡੀਆ ਦੇ ਉੱਤੇ ਉਹਦੇ ਅੰਸ਼ ਜਿਹੜੇ ਨੇ ਉਹ ਸਾਡੇ ਸਾਹਮਣੇ ਵੀ ਆਏ ਨੇ ਜਿਹਦੇ ਚ ਇਹ ਕਿਹਾ ਜ਼ਰੂਰੀ ਗਿਆ ਕਿ ਉਦੋਂ ਦਾ ਐਸਐਚਓ ਗੁਰਮੀਤ ਸਿੰਘ ਸੀ ਜਾਂ ਬਾਕੀ ਦੇ ਪੁਲਜ ਦੇ ਨਾਮ ਨੇ ਜਿਹੜੇ ਇਨਵੋਲਵ ਨੇ ਤੇ ਉਦੋਂ ਉੱਚ ਅਫਸਰਾਂ ਦੀ ਜਾਂਚ ਨਹੀਂ ਕੋਈ ਹੋਰ ਸੀਨੀਅਰ ਨੇ ਹੋਰ ਜਾਂਚ ਦੀ ਲੋੜ ਹੈ ਜਿਹੜੇ ਇਨਵੋਲਵ ਸੀ ਔਰ ਮੇਰੇ ਯਾਦ ਹੈ ਕਿ ਇੱਕ ਨਾਮ ਜਿਹੜਾ ਉਦੋਂ ਦਾ ਐਸਐਸਪੀ ਸੀ ਜਿਹਦਾ ਨਾਮ ਕਾਫੀ ਬਦਨਾਮ ਸੀਗਾ ਉਹ ਬਾਰ ਬਾਰ ਉੱਪਰਦਾ ਰਿਹਾ ਕਿ ਉਹਨੇ ਪਰਸਨਲੀ ਇਨਵੋਲਵ ਸੀ ਇਹ ਸਾਰੇ ਮਾਮਲੇ ਦੇ ਵਿੱਚ ਇਹ ਚੀਜ਼ਾਂ ਉਸ ਲੈਵਲ ਤੇ ਹੋਣੀਆਂ ਚਾਹੀਦੀਆਂ ਨੇ ਹੁਣ ਜਦੋਂ ਜੇ ਇਹ ਮੁੱਦੇ بار-ਬਾਰ ਉੱਭਰਦੇ ਨੇ ਹੁਣ ਤਾਂ ਇੱਕ ਨਵੀਂ ਸਰਕਾਰ ਆ ਗਈ ਇਹਦਾ ਉਸ ਲਗੇਸੀ ਨਾਲ ਕੋਈ ਸਬੰਧ ਨਹੀਂ ਉਸ ਸਾਰੇ ਕ੍ਰਾਈਮ ਪਾਰਟ ਨਾਲ ਕਿ ਜਸਟਿਸ ਦੀ ਬੁਨਿਆਦ ਤੇ ਹੁਣ ਤਾਂ ਫਿਰ ਮੈਨੂੰ ਲੱਗਦਾ ਕਿ ਜੇ ਉਹ ਰਿਪੋਰਟ ਹੀ ਬਾਹਰ ਆ ਗਈ ਤਾਂ ਇਹ ਰਿਪੋਰਟ ਉਠਾ ਲੈਣੀ ਚਾਹੀਦੀ ਤੇ ਉਹਦੇ ਆਧਾਰ ਤੇ ਹੁਣ ਤਾਂ ਖੈਰ ਇੰਨੇ ਸਮੇਂ ਬਾਅਦ ਇਹ ਵੀ ਹੋ ਜਾਂਦਾ ਬੰਦੇ ਰਿਟਾਇਰ ਹੋ ਜਾਂਦੇ ਨੇ ਹੋ ਸਕਦਾ ਸਾਰੇ ਜਿਉਂਦੇ ਵੀ ਨੇ ਕਿ ਨਹੀਂ ਹੈ ਜੇ ਮੈਂ ਕਹਿੰਦਾ ਨੇ ਜਸਟਿਸ ਇਜ਼ ਡਿਲੇਡ ਜਸਟਿਸ ਡਿਨਾਈਡ ਹੁੰਦਾ ਕਿ ਜੇ ਦੇਰੀ ਕਰਦੇ ਹੋ ਤਾਂ ਤੁਸੀਂ ਦੇਣਾ ਨਹੀਂ ਚਾਹੁੰਦੇ ਇਨਸਾਫ ਪਰ ਫਿਰ ਵੀ ਰਿਕਾਰਡ ਦੇ ਉੱਤੇ ਤਵਾਰੀਖੀ ਤਵਾਰੀਖ ਨੂੰ ਜਿਵੇਂ ਕਹਿੰਦੇ ਨੇ ਸਹੀ ਕਰਨ ਦੇ ਮਾਮਲੇ ਦੇ ਵਿੱਚ ਤਾਂ ਇਹ ਰਿਪੋਰਟ ਆਨ ਰਿਕਾਰਡ ਲਿਆ ਕੇ ਤੇ ਉਹਦੇ ਖਿਲਾਫ ਕੋਈ ਨਾ ਕੋਈ ਮੁਕੱਦਮਾ ਜਾਂ ਜੋ ਚੀਜ਼ਾਂ ਨੇ ਜਿਹੜੇ ਵੀ ਲੋਕ ਹੈਗੇ ਨੇ ਅਵੇਡੇ ਪਰ ਤਾਂ ਇੱਕ ਗੱਲ ਅੱਗੇ ਤੋਰੀ ਜਾ ਸਕਦੀ ਹੈ ਤਾਂ ਇਹ ਕੀ ਇਹ ਉਮੀਦ ਮੈਨੂੰ ਤਾਂ ਨਹੀਂ ਲੱਗਦੀ ਕਿ ਇਹ ਸਰਕਾਰ ਵੀ ਕੋਈ ਇੰਦਰ ਤੁਰੇਗੀ ਕਿਉਂਕਿ ਬਾਕੀ ਸਰਕਾਰਾਂ ਨਹੀਂ ਜਿਵੇਂ ਤੁਰਦੀਆਂ ਤੁਸੀਂ ਬੜੀ ਵਾਰ ਗੱਲ ਕਰਦੇ ਹੋ ਸਟੇਟ ਪੈਟਰਨ ਦਾ ਜਿਹੜਾ ਮਾਮਲਾ ਹੁੰਦਾ ਇਹ ਐਵੇਂ ਹੀ ਦਬਿਆ ਰਹੂਗਾ ਮਾਮਲਾ ਜਿਹੜਾ ਹੈ ਨਾ ਵੀ ਪੁਰਾਣੇ ਕੇਸ ਹੋ ਗਏ ਜੀ ਆਪਾਂ ਦੇਖੀਏ ਪਿੱਛੇ ਵਾਰ ਵਾਰ ਸੈਕਿੰਡ ਜਰਮਨੀ ਦੇ ਜਿਹੜੇ ਕਲਪਰੇਟ ਸੀਗੇ ਜਿਨ੍ਹਾਂ ਨੇ ਜੀ ਉਸ ਦੇ ਵਰਚੁਅਲੀ ਜਿਹੜਾ ਜੀਨੋਸਾਈਡ ਕੀਤਾ ਸੀਗਾ ਜਿਹੜੇ ਉਹਦੇ ਸੀਗੇ ਇਨਵਾਰਮ ਲੋਕ ਅਫਸਰ ਤੇ 25 230 ਸਾਲ ਬਾਅਦ ਜਿਹਨੋਂ ਬੁੜੇ ਹੋਗੇ ਉਹ 80 ਸਾਲ ਦੇ ਹੋਗੇ ਜਦੋਂ ਕਦੇ ਪਤਾ ਲੱਗਾ ਕਿ ਫਲਾਣੇ ਮੁਲਕ 'ਚ ਆਪਣਾ ਨਾਂ ਬਦਲ ਕੇ ਰਹਿ ਰਿਹਾ ਹੈ ਤੇ ਕੇਸ ਚੱਲੇ ਉਹਨਾਂ ਤੇ ਤੇ ਮੇਰੇ ਖਿਆਲ 'ਚ ਕੇਸ ਚੱਲਣੇ ਚਾਹੀਦੇ ਆ ਭਾਵੇਂ ਬੰਦਾ ਜਿਉਂਦਾ ਹੈ ਜਿਹਨੇ ਕ੍ਰਾਈਮ ਕੀਤਾ ਹੈ ਭਾਵੇਂ ਮਰ ਚੁੱਕਿਆ ਹੈ ਕਿਉਂਕਿ ਜਦ ਤੱਕ ਅਸਲੀਅਤ ਸਾਹਮਣੇ ਨਹੀਂ ਆਉਂਦੀ ਉਹ ਕੇਸ ਕਦੇ ਵੀ ਕਲੋਜ਼ ਨਹੀਂ ਹੁੰਦੇ ਨਿਊਰੋਮਰਗ ਟ੍ਰਾਇਲ ਖਾਸ ਕਰਕੇ ਇਸ ਇਸ਼ੂ ਤੇ ਬਹੁਤ ਇੰਪੋਰਟੈਂਟ ਸੀਗੇ ਸਾਡੇ ਵੀ ਮੰਗ ਹੁੰਦੀ ਰਹੀ ਕਿਸੇ ਵੇਲੇ ਕਿ ਉਸੇ ਹੀ ਪੈਟਰਨ ਤੇ ਇੱਥੇ ਵੀ ਇਹ ਸਾਰੀਆਂ ਇਨਕੁਆਰੀਆਂ ਹੋਣ ਤੇ ਕੇਸ ਚੱਲਣ ਜਿਹੜੇ ਗੁਨਾਹਗਾਰ ਪੁਲਿਸ ਅਫਸਰ ਹੈਗੇ ਆ ਆਪਾਂ ਨੂੰ ਪਤਾ ਵੀ ਸੈਂਕੜੇ ਨਹੀਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇੱਥੇ ਲੋਕ ਭਰੇ ਆ ਉਹ ਸੈਂਕੜੇ ਪੁਲਿਸ ਝੂਠੀਆਂ ਇਨਕੁਆਰੀਆਂ ਹੋਈਆਂ ਪਿੱਛੇ ਉਹ ਜਿਹੜਾ ਗੁਰਨਾਬ ਤੇ ਬਡਾਲਾ ਵਾਲਾ ਕੇਸ ਪਾ ਡਿਸਕਸ ਕਰ ਰਹੇ ਆ ਔਰ ਇਹ ਵੀ ਦੋਸ਼ੀਆਂ ਨੂੰ ਸਜ਼ਾ ਹੁੰਦੀ ਆ ਕਿ ਅਲਟੀਮੇਟਲੀ ਸਾਰਾ ਗੱਲ ਤਾਂ ਸਾਹਮਣੇ ਹੁੰਦੀ ਹੈ ਸੋ ਉਹ ਇਹਦੇ ਵਿੱਚ ਵੀ ਇਸ ਤਰ੍ਹਾਂ ਹੀ ਇੱਕ ਫੈਕਟਰ ਨਾ ਜਿਹੜੀ ਆਪਾਂ ਪਹਿਲਾਂ ਵੀ ਤੁਸੀਂ ਜ਼ਿਕਰ ਕੀਤਾ ਜਿਹੜੀ ਗੱਲ ਮੈਂ ਕਹਿਣਾ ਉਹ ਨਾ ਵੀ ਸਟੇਟ ਸਟਰਕਚਰ ਕੀ ਹੈ ਇਹ ਤਾਂ politcal ਲੀਡਰਸ਼ਿਪ ਦਾ ਤਲਕ ਨਹੀਂ ਹੈ ਕੋਈ ਜਿਆਦਾ ਬਹੁਤ ਬੋਲਡ ਕੋਈ ਲੀਡਰਸ਼ਿਪ ਆ ਜਾਏ ਜਿਹੜੀ ਉਸ ਨਰੇਟਿਵ ਨੂੰ ਉਲਟਾਉਣ ਤੋਂ ਉਲਟਾਉਣ ਦੀ ਕੋਸ਼ਿਸ਼ ਕਰੇ ਇਹ ਹੋਈ ਨਹੀਂ ਕਿਉਂ ਮੈਂ ਐਗਜ਼ਾਮਪਲ ਨਾਲੇ ਫੋਰ ਦੇ ਦੇਣਾ ਹੈ ਬੀਜੇਪੀ ਲਗਾਤਾਰ ਕੇਂਦਰੀ ਬੇਸੰਦੇਲਾ ਸਿਕ ਪੰਡਰਾਲੇ ਕਾਂਗਰਸ ਦੀ ਪਧਾਇਸ਼ ਹੁਣ ਜਦੋਂ ਇਹਨਾਂ ਦੀ ਸਰਕਾਰ ਬਣ ਗਈ ਸੀ ਕੇਂਦਰ ਦੇ ਵਿੱਚ ਉਹ ਸਾਰੇ ਫੀਨੋਮੈਨਾ ਦੇ ਜੇ ਵਾਕਈ ਏਜੰਸੀ ਹੈ ਕਾਂਗਰਸ ਦੇ ਤੇ ਉਹਦੇ ਇਨਕੁਆਇਰੀ ਕਰਨ ਤੇ ਕਾਂਗਰਸ ਹਮੇਸ਼ਾ ਵਾਸਤੇ ਨੇਲ ਹੋ ਜਾਂਦੀ ਜੇ ਸਚਾਈ ਸੀ ਤਾਂ ਪੋਲਿਟੀਕਲ ਪ੍ਰੋਪਾਗੈਂਡਾ ਆਪਣੀ ਥਾਂ ਤੇ ਹੁੰਦਾ ਹੈ ਤੇ ਸਟੇਟ ਸਿਸਟਮ ਆਪਣੀ ਥਾਂ ਤੇ ਕੰਮ ਕਰਦਾ ਹੈ ਇਸ ਸਰਕਾਰ ਦੇ ਵਿੱਚ ਮੈਂ ਜਿੰਨੇ ਵਾਰੀ ਕੋਸ਼ਿਸ਼ ਕੀਤੀ ਹੈ ਇਨਫੋਰਮੇਸ਼ਨ ਲੈਣ ਦੀ ਉਹ ਨਹੀਂ ਮਿਲੀ ਬਲੂ ਸਟਾਰ ਬਾਰੇ ਖਾਸ ਕਰਕੇ ਤੋਂ ਉਹ ਜਿਹੜੇ ਸਟੇਟ ਆਪਰੇਟਰਸ ਹੈ ਉਹ ਕੰਟੀਨਿਊਟੀ ਹੈ ਮੈਂ ਉਹੀ ਕੰਟੀਨਿਊਟੀ ਵਾ ਪੰਜਾਬ ਤੇ ਆਉਣਾ ਹੈ ਪੰਜਾਬ ਦੇ ਵਿੱਚ ਹੁਣ ਸਭ ਨੂੰ ਪਤਾ ਵੀ ਕੀ ਹੋਇਆ ਸਾਰੇ ਅਸਰਾਂ ਨੂੰ ਪਤਾ ਅਸਰ ਕਿਹੜੇ ਰਵਾਲੇ ਮੇਂ ਲਈ ਉਹ ਵੀ ਸਾਰਾ ਪਤਾ ਇਹ ਸਭ ਕੁਝ ਸੀਗਾ ਇਸ ਮਾਮਲੇ ਤੇ ਰਿਪੋਰਟ ਪੇਸ਼ ਹੋ ਜਾਂਦੀ ਹੈ ਮੈਨੂੰ ਯਾਦ ਹੈ ਕਿ ਉਸ ਤੋਂ ਬਾਅਦ ਜੱਜਿਸ ਆਪਣੇ ਅਜੀਤ ਸਿੰਘ ਹੋਰੀ ਇਹਨਾਂ ਦਾ ਕਿ ਡਿਪੂਟੇਸ਼ਨ ਬਾਦਲ ਸਾਹਿਬ ਨੂੰ ਮਿਲਿਆ ਸੀਗਾ ਕਿ ਇਹ ਜਨਤਕ ਕੀਤੀ ਜਾਵੇ ਰਿਪੋਰਟ ਨਹੀਂ ਹੁੰਦੀ ਉਹ ਜਦੋਂ ਮੈਂ ਪੈਟਰਨ ਦੀ ਗੱਲ ਕਰਦਾ ਮੈਂ ਉੱਥੇ ਆ ਰਿਹਾ ਪੈਟਰਨ ਕਿ ਕਿੱਥੋਂ ਸ਼ੁਰੂ ਹੁੰਦਾ 97 ਦੇ ਇਲੈਕਸ਼ਨ ਤੋਂ ਪਹਿਲਾਂ ਕਾਣੀਦਲ ਪ੍ਰੋਮਿਸ ਕਰਦਾ ਆਪਾਂ ਵਾਰ-ਵਾਰ ਗੱਲ ਕਰਦੇ ਰਿਪੀਟ ਕਰਨੀ ਪਈਦੀ ਇਹ ਮਜਬੂਰੀ ਦਾ ਜਰੂਰ ਨੈਰੇਟਿਵ ਕੋਈ ਸ਼ੁਰੂ ਹੋ ਜਾਂਦਾ ਬਈ ਅਸੀਂ ਇਹ ਜਿੰਨੀਆਂ ਇਹ ਘਟਨਾਵਾਂ ਹੋਈਆਂ ਹਿਊਮਨ ਰਾਈਟਸ ਵਾਇਲੇਸ਼ਨਸ ਬੇਕਰ ਕਾਊਂਟਰਸ ਇਹਨਾਂ ਦੇ ਇਨਕੁਆਇਰੀ ਕਰਾਂਗੇ ਤੇ ਜਿਹੜੇ ਦੋਸ਼ੀ ਅਸਰ ਹੈ ਉਹਨਾਂ ਨੂੰ ਸਜ਼ਾ ਦੇਵਾਂਗੇ ਇਹ ਰਿਕਾਰਡ ਦਾ ਪਾਰਟਾ ਇਹਨਾਂ ਦੇ ਮੈਨੀਫੈਸਟੋ ਚੱਕ ਲੋ 96 ਵੀ 97 ਵੀ ਸਾਰਾ ਕੁਝ ਪਿਆ ਸਰਕਾਰ ਬਣ ਜਾਂਦੀ ਹੈ 10 ਅਗਸਤ 1997 ਟੰਡਿਗੜ ਪ੍ਰੈਸ ਕਲੱਬ ਦੇ ਵਿੱਚ ਬਾਦਲ ਸਾਹਿਬ ਦੀ ਮੀੜਦੀ ਪ੍ਰੈਸ ਹੈਗੀ ਹੈ ਉੱਥੇ ਉਹਨਾਂ ਤੋਂ ਸਵਾਲ ਪੁੱਛਿਆ ਜਾਂਦਾ ਹੈ ਕਿ ਬਾਦਲ ਸਾਹਿਬ ਤੁਸੀਂ ਇਹ ਇਨਕੁਆਰੀ ਕਦੋਂ ਕਰਾਓਗੇ ਉਹ ਕਹਿੰਦੇ ਨੇ ਛੱਡੋ ਜੀ ਕਹਿੰਦੇ ਵੀ ਇਹ ਹੁਣ ਅਸੀਂ ਪੁਰਾਣੇ ਇਹ ਜੇ ਇਨਕੁਆਰੀ ਆਰਡਰ ਕਰਾਂਗੇ ਤਾਂ ਪੁਰਾਣੇ ਜ਼ਖਮ ਫੁੱਲ ਜਾਣਗੇ ਖਬਰਾਂ ਛਪੀਆਂ ਉਸ ਤੋਂ ਬਾਅਦ ਸਾਰੀਆਂ ਫਿਰ ਅਸੈਂਬਲੀ ਦੇ ਵਿੱਚ ਇਹ ਗੱਲ ਹਰਦੇਵ ਵਰਸ਼ੂਰਾਂ ਨੇ ਗੱਲ ਕੀਤੀ ਉੱਥੇ ਵੀ ਜਵਾਬ ਇਹੀ ਆਇਆ ਹੁਣ ਇਹ ਪੈਟਰਨ ਜਿਹੜੇ ਮੈਂ ਪੈਟਰਨ ਦੀ ਗੱਲ ਕਰਦਾ ਉਹ ਇਹ ਪੈਟਰਨ ਹੈ ਬਈ ਪੁਰਾਣੇ ਮਤਲਬ ਇਸ਼ੂ ਟੱਚ ਹੀ ਨਹੀਂ ਕਰਨੇ ਇਨਕੁਆਰੀ ਭਾਵੇਂ ਕਰਾਤੀ ਲਗਨ ਦੱਬੀ ਰਹਗੀ ਅੱਜ ਵੀ ਦੱਬੀ ਵੀ ਆਫੀਸ਼ੀਅਲੀ ਇਸੇ ਕਰਕੇ ਇਨਕੁਆਰੀ ਬਾਹਰ ਨਹੀਂ ਹੁੰਦੀ ਪਰ ਇਹਦਾ ਅਲਟੀਮੇਟਲੀ ਕੀ ਹੁੰਦਾ ਇਹ ਵਾਰ-ਵਾਰ ਜਦੋਂ ਕਾਲੀ ਸਰਕਾਰ ਦਾ ਜ਼ਿਕਰ ਆਉਂਦਾ ਹੈ ਤੇ ਗੁਰਦੇਵ ਸਿੰਘ ਕੌਂਕਜੇ ਇਨਕੁਆਰੀ ਦੀ ਗੱਲ ਵਾਰ-ਵਾਰ ਹੁੰਦੀ ਹੈ ਜਿਸਵੰਸੇ ਖਾਲੜਾ ਕੇਸ ਇਹ ਦੋ ਕੇਸ ਬਹੁਤ ਬਹੁਤ ਮਸ਼ਹੂਰ ਹੈ ਸਰ ਪੰਜਾਬ ਦੇ ਨੈਰੇਟਿਵ ਦੇ ਵਿੱਚ ਇਸੇ ਕਰਕੇ ਉਹਦਾ ਇਨਕੁਆਰੀ ਹੋਗੀ ਆਰਟੀਮੇਟਲੀ ਤਰਪਤਨ ਲੱਗ ਗਿਆ ਕਿਤੇ ਇਹ ਰਿਪੋਰਟ ਹੀ ਕਦੇ ਬਾਹਰ ਨਹੀਂ ਆਈ ਮਤਲਬ ਕਿ ਇਹ ਕਿਉਂ ਇਹ ਜਿਹੜਾ ਪੋਲਿਟਿਕਲ ਲੀਡਰਸ਼ਿਪ ਹੈ ਇਹਦਾ ਐਟੀਟਿਊਡ ਕਿਉਂ ਹੈ ਗੱਲ ਇੱਥੇ ਹੈ ਇਸੇ ਨਾਲ ਬੇਪਰੋਸਗੀ ਪੈਦਾ ਹੋ ਜਾਂਦੀ ਹੈ ਪਹਿਲਾਂ ਤਾਂ ਜਾਂਚ ਹੀ ਨਹੀਂ ਹੁੰਦੀ ਜੇ ਮਾੜਾ ਮੋਟਾ ਪ੍ਰੈਸ਼ਰਾਈਜ਼ ਕਰਕੇ ਕੋਈ ਕਹਿੰਦਾ ਜਾਂਚ ਬਿਠਾ ਦਿਓ ਤਾਂ ਜਾਂਚ ਰਿਪੋਰਟ ਨਹੀਂ ਆਉਂਦੀ ਜੇ ਰਿਪੋਰਟ ਆ ਜਾਂਦੀ ਹੈ ਤਾਂ ਮੁੜਕੇ ਰਿਪੋਰਟ ਨਹੀਂ ਖੁੱਲਦੀ ਪਹਿਲਾਂ ਨਸ਼ਿਆਂ ਵਾਲਾ 5 ਸਾਲ ਬੰਦਰ ਬਾਫਿਆਂ ਚ ਪਈ ਰਹੀ ਹੈ ਹਾਈ ਕੋਰਟ ਦੇ ਵਿੱਚ ਉਹ 5 ਸਾਲ ਬਾਅਦ ਮੁਸ਼ਕਲ ਨਾਲ ਖੁੱਲੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਧਰ ਇਹ ਵੀ ਹੈ ਪਰ ਦੂਜੇ ਪਾਸੇ ਪਤਾ ਸਭ ਨੂੰ ਹੁੰਦਾ ਹੈ ਇਹ ਤਾਂ ਨਹੀਂ ਹੈ ਕਿ ਅਣਜਾਣਤਾ 'ਚ ਹੋ ਰਹੇ ਨੇ ਕੰਮ ਇਹ ਇੱਕ ਅਨਲਿਖਤ ਜਾਂ ਇੱਕ ਐਗਰੀਮੈਂਟ ਜਿਵੇਂ ਸਹਿਮਤੀ ਹੁੰਦੀ ਹੈ ਆਪਸ داری 'ਚ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਜੰਮੂ ਕਸ਼ਮੀਰ ਦੇ ਮੁੱਦੇ ਦੇ ਉੱਤੇ ਸੁਣਵਾਈ ਦੇ ਦੌਰਾਨ ਉਹ ਤਿੰਨ ਤਿੰਨ ਟਾਈਪ ਦੀ ਜੱਜਮੈਂਟ ਆਈ ਹਾਲਾਂਕਿ ਇੱਕੋ ਸੀ ਮੇਨ politcal ਜੱਜਮੈਂਟ ਇੱਕੋ ਹੀ ਸੀਗੀ ਪਰ ਇੱਕ ਗੱਲ ਤੇ ਹਿਊਮਨ ਰਾਈਟਸ ਦੇ ਐਂਗਲ ਤੋਂ ਇੱਕ ਜੱਜ ਨੇ ਇਹ ਲਿਖ ਕੇ ਜ਼ਰੂਰ ਦਿੱਤਾ ਸੀਗਾ ਜੀ ਵੀ ਉੱਥੇ ਧੱਕਾ ਤਾਂ ਬਹੁਤ ਹੋਇਆ ਸਾਨੂੰ ਦੋਨੇ ਤਰ੍ਹਾਂ ਦੇ ਨਾ ਟਰੂਥ ਤੇ ਰੀਕੰਸਿਲੀਏਸ਼ਨ ਕਮਿਸ਼ਨ ਬਣਾਉਣਾ ਚਾਹੀਦਾ ਲੋਕਾਂ ਦੇ ਮਨਮ ਲੱਗੇ ਥੋੜੀ ਜਿਹੀ जख्मਾਂ ਤੇ ਬਾਕੀ ਮੈਨੂੰ ਲੱਗਾ ਉਹ ਵੀ ਦੱਬਿਆ ਜਾਣਾ ਚਾਹੀਦਾ ਬਾਕੀ ਦਾ ਲਾਗੂ ਹੋ ਜੂਗਾ ਵੀ ਚਲੋ ਜੀ ਵੋਟਾ-ਬੂਟਾ ਪਵਾ ਲਓ ਮਾੜਾ-ਮੋਟਾ ਝੂਠੀ ਰੱਖ ਕੇ ਚਾਏ ਇਹ ਸਾਈਡ ਕਿਸੇ ਨੇ ਨਹੀਂ ਦੇਖਣੀ ਜਦੋਂ ਪੰਜਾਬ ਚ ਨਹੀਂ ਦੇਖੀ ਗਈ ਤਾਂ ਉੱਥੇ ਵੀ ਨਹੀਂ ਦੇਖੀ ਜਾਣੀ ਇਹ ਓਵਰঅল ਸਟੇਟ ਅਪਾਰਟਸ ਦਾ ਇੱਕ ਹਿੱਸਾ ਹੈ ਮਤਲਬ ਨੈਸ਼ਨਲ ਲੈਵਲ ਸਟੇਟ ਲੈਵਲ ਤੇ ਵੀ ਉਹੀ ਆਪਰੇਟ ਕਰਦੇ ਨੇ ਕੋਈ ਇੱਕ ਗੱਲ ਤਾਂ ਹੈ ਨਹੀਂ ਕਿ ਇੱਕ ਸਟੇਟ ਬਾਗੀ ਹੋ ਕੇ ਕੁਝ ਕਰ ਲਊਗੀ ਦੂਜਾ ਅਫਸਰ ਬਾਗੀ ਹੋ ਕੇ ਕੁਝ ਕਰ ਲਊਗਾ ਇਹ ਓਵਰঅল ਟੱਚ ਹੈ ਤਾਂ ਸ਼ਾਇਦ ਇਹੀ وجہ ਵੀ ਹੈ ਕਿ ਲੋਕਾਂ ਦਾ ਹੌਲੀ-ਹੌਲੀ ਜਿਹੜਾ ਨਿਆ ਸਿਸਟਮ ਹੈ ਨਿਆ ਪ੍ਰਣਾਲੀ ਹੈ ਉਹਦੇ ਤੋਂ ਫਿਰ ਭਰੋਸਾ ਵੀ ਉੱਟਦਾ ਹੈ ਕਿ ਇੱਥੇ ਕੋਈ ਪਤਾ ਨਹੀਂ ਕਦ ਨਿਆ ਮਿਲੂਗਾ ਕਿੰਨੇ ਸਾਲ ਹੋਣਗੇ ਹੋਣਗੇ ਵੀ ਜਾਂ ਨਹੀਂ ਹੋਣਗੇ ਬਦਲਿਆ ਜਾਏਗਾ ਜਾਂ ਨਹੀਂ ਬਦਲਿਆ ਜਾਏਗਾ ਉਸ मामਨੇ ਦੇ ਵਿੱਚ ਔਰ ਇਹਦੇ ਨਾਲ ਹੀ ਅਗਲੀ ਗੱਲ ਜੇਕਰ ਤੁਰਦੇ ਦੌਰਾਨ ਮੈਨੂੰ ਲੱਗਦਾ ਕਿ ਜਦੋਂ ਗਵਰਨਮੈਂਟ ਆਫ ਇੰਡੀਆ ਆਪਣਾ ਇੱਕ ਆਈਡੀਆ ਕਲੀਅਰ ਕਰਦੀ ਹੈ ਇਹੋ ਜਿਹੇ ਮਾਮਲਿਆਂ ਚਾਹ ਤਿੰਨ ਕ੍ਰਿਮੀਨਲ ਲਾ ਜਿਹੜੇ ਨੇ ਬਦਲੇ ਨੇ ਉਹਨਾਂ ਮਾਮਲਿਆਂ ਦੇ ਵਿੱਚ ਵੀ ਔਰ ਇਹ ਵੀ ਕਲੀਅਰ ਕਰ ਦਿੰਦੀ ਹੈ ਕਿ ਅਸੀਂ ਜਿਹੜੇ ਸਾਡੇ ਲੜੇ ਨੇ ਸਟੇਟ ਦੇ ਨਾਲ ਉਹਨਾਂ ਨੂੰ ਮਾਫੀ ਦਾ ਕਿਵੇਂ ਦਿੱਤਾ ਜਾਏਗਾ ਜਿਹੜਾ ਗ੍ਰਹਿ ਮੰਤਰੀ ਦਾ ਬਿਆਨ ਉਸ ਪੱਧਰ ਤੇ ਉੱਤੇ ਆ ਗਿਆ ਹਾਲਾਂਕਿ ਇਹ ਵੀ ਕਹਿ ਦਿੱਤਾ ਉਹਨਾਂ ਨੇ ਵੀ ਥਰਡ ਜਿਹੜਾ ਉਹ ਨਹੀਂ ਮਰਸੀ ਪਟੀਸ਼ਨ ਬਈ ਜਿਹੜੀ ਹੈ ਉਹਤੀ ਜਿੱਤ ਨਹੀਂ ਪਾਈ ਜਾ ਸਕਦੀ ਹਾਲਾਂਕਿ ਸਵਾਲ ਤਾਂ ਇਹ ਵੀ ਪੁੱਛਿਆ ਜਾਣਾ ਬਣਦਾ ਹੈ ਕਿ ਉਦੋਂ ਜਿਹੜਾ 12 ਸਾਲ ਕੇ ਮੈਨ ਲਗਾਤੇ ਉਸੇ ਪਟੀਸ਼ਨ ਨਾਲ ਜਦੋਂ ਫਿਰ ਐਗਜ਼ੀਕਿਊਸ਼ਨ ਤਾਂ ਪਹਿਲਾਂ ਕਰ ਦਿੰਦੇ ਉਹਨਾਂ ਦਿਨਾਂ ਹੀ ਉਹੀ ਪਟੀਸ਼ਨ ਸੀ ਉਦੋਂ ਕਿਹੜਾ ਰਾਜਵਾਨਾ ਨੇ ਖੁਦ ਪਾਈ ਆ ਜਾਂ ਬਾਕੀ ਕਾ ਚੀਜ਼ਾਂ ਇਹ ਸਾਰੀਆਂ ਚੀਜ਼ਾਂ ਚੱਲਦੇ ਦੌਰਾਨ ਨਹੀਂ ਜਦੋਂ ਇੱਕ ਅਲਾਈਅੰਸ ਦਾ ਮਾਮਲਾ ਹੁੰਦਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਇਹਦੇ ਨਾਲ ਜੁੜਿਆ ਵੈਸੇ ਇਕੱਲੀ ਇਸ ਮਾਮਲੇ ਨਾਲ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਔਰ ਲੱਗਦਾ ਇਹ ਹੈ ਕਿ ਇਹੋ ਜੇ ਹਾਲਾਤ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੇਰੇ ਖਿਆਲ ਨਾਲ ਅਲਾਈਅੰਸ ਦੀਆਂ ਸੁਭਾਵਨਾਵਾਂ ਘਟਦੀਆਂ ਜਾਂਦੀਆਂ ਨੇ ਭਾਜਪੀ ਨਾਲ ਤਾਂ ਆਕਾਲੀਦਾਨ ਆਪਣੇ ਆਪ ਹੀ ਹੁਣ ਇਹ ਸੋਚਦਾ ਕਿ ਅਸੀਂ ਸਟਰੈਂਥਨ ਕਿਵੇਂ ਹੋ ਜਾਈਏ ਆਪਸ ਚ ਜਿਹੜੇ ਗਰੁੱਪ ਨੇ ਸੁਬੀਰ ਸਿੰਘ ਬਾਦਲ ਨੇ ਉਦੋਂ ਚਾਹੇ ਭਾਵੇਂ ਲੋਕੇ ਤੇ ਇਤਰਾਜ਼ ਕਰਦੇ ਨੇ ਬਹੁਤ ਕਿ ਇਹ ਕੋਈ ਮਾਫੀ ਨਹੀਂ ਹੈ ਸਿੱਖ ਜਿੱਦੀ ਰਵਾਇਤੀ ਸਿੱਖੀ ਦੀ ਰਵਾਇਤ ਮੁਤਾਬਕ ਉਹਦੀ ਮर्यादा ਮੁਤਾਬਕ ਉਹਨੂੰ ਉਸ ਰੂਪ ਦੇ ਵਿੱਚ ਭਾ ਨਹੀਂ ਦੇ ਰਹੇ ਪਰ ਇਹਦੇ ਬਾਵਜੂਦ ਉਹਨਾਂ ਨੇ ਇੱਕ ਸਿਸਟਮ ਸ਼ੁਰੂ ਤੌਰਤਾ ਵੀ ਦੇਖੋ ਮਾਫੀ ਤਾਂ ਮੰਗ ਲਈ ਹੁਣ ਆਪਾਂ ਹੁਣ ਆਪਾਂ ਇਕੱਠੇ ਹੋ ਜਾਂਦੇ ਆ ਕਿਸੇ ਤਰੀਕੇ ਦੇ ਨਾਲ ਢੀਡਸਾ ਗਰੁੱਪ ਵੀ ਰਵੀਿੰਦਰ ਕੋਲ ਜਾਣਗੇ ਨਾ ਜਾਣਗੇ ਪਤਾ ਨਹੀਂ ਹੈ ਬੀਬੀ ਜ਼ਗੀਰ ਕੌਮਾਨ ਵੀ ਸਭ ਨਾਲ ਲਗਾਤਾਰ ਤਾਲਮਿਲ ਇਹ ਤਾਂ ਸੁਣਿਆ ਹੀ ਜਾਂਦਾ ਕਿ ਢੀਡਸਾ ਗਰੁੱਪ ਨਾਲ ਤਾਂ ਲਗਭਗ ਤੈਜਾ ਹੁੰਦਾ ਹੀ ਆ ਹੋ ਹੀ ਗਿਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਰ ਸਭ ਤੋਂ بڑا ਕੁਐਸਚਨ ਤਾਂ ਇਹ ਹੀ ਆਉਂਦਾ ਕਿ ਜਿਹੜੇ ਇਹ ਮੇਜਰ ਇਸ਼ੂ ਨੇ ਕ੍ਰੈਡੀਬਿਲਟੀ ਦੇ ਮੁੱਦੇ ਨੇ ਜਿਨ੍ਹਾਂ ਦੇ ਆਧਾਰ ਤੇ ਤੁਹਾਡਾ ਕੋਈ ਆਧਾਰ ਬਣਿਆ ਸੀ ਲਗਾਤਾਰ ਕੀ ਲੀਡਰਾਂ ਦੀ ਏਕਤਾ ਨਾਲ ਪੰਥ ਦੀ ਏਕਤਾ ਵੀ ਜੁੜੀ ਹੁੰਦੀ ਹੈ ਕਿ ਉਹ ਏਕਤਾ ਹੋ ਜੇਗੀ ਹੁਣ ਇਸ ਕੱਦ ਦੇ ਲੀਡਰ ਐਸਟੰਗ ਨਾਲ ਜੁੜੇ ਹੁੰਦੇ ਨੇ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਵੀ ਨੇ ਜਿਹੜੀਆਂ ਡਿਸਕਸ਼ਨ ਦੇ ਵਿੱਚ ਉਸ ਪੱਧਰ ਦੇ ਉੱਤੇ ਆ ਰਹੀਆਂ ਨੇ ਸਾਡੇ ਸਾਰੇ ਸੈਟਅਪ ਦੇ ਵਿੱਚ ਇਹ ਉਸ ਤਰੀਕੇ ਦੀ ਆ ਰਹੀਆਂ ਨੇ ਲੋਕਾਂ ਨੇ ਪਹਿਲਾਂ ਵੀ ਇਕੱਠੇ ਹੋ ਜਾਂਦੇ ਸੀ ਲੀਡਰ ਤਾਂ ਆਪੀ ਪੰਥ ਬਣੇ ਜਾਂਦਾ ਸੀ ਬਾਦਲ ਤੇ ਟੋਣਾ ਇਕੱਠੇ ਹੋ ਜਾਂਦੇ ਸੀ ਫਿਰ ਇਕੱਠੇ ਆਪੀ ਹੋ ਜਾਂਦੇ ਸੀ ਹੇਠਾਂ ਲੋਕ ਜਾਏ ਤੋਂ ਪਹਿਲਾਂ ਵੀ ਜੋ ਇੱਕ ਅਕਾਲੀ ਦਲ ਬਣ ਗਿਆ 80 ਦੇਣ ਤੋਂ ਬਾਅਦ ਤਾਂ ਵੀ ਤਾਂ ਇਕੱਠੇ ਹੋ ਹੀ ਗਏ ਸੀ ਇੱਕ ਲੈਵਲ ਤੇ ਤੇ ਹੁਣ ਵੀ ਹੋ ਜਾਏਗਾ ਪਰ ਇਹ ਕੁਆਲੀਟੇਟਿਵ ਫਰਕ ਹੈ ਮੇਰੇ ਖਿਆਲ ਨਾਲ ਉਹਦੇ ਨਾਲੋਂ ਇੰਨਾ ਨਾ ਨਾ ਅਕਾਲੀ ਦਲ ਐ ਨਹੀਂ ਸੀ ਹੋਇਆ ਗਰੁੱਪ ਅਲੱਗਾਂ ਨਾ ਹੁੰਦੀ ਸੀ ਅਕਾਲੀ ਦਲ ਤੇ ਐਨੀਆ ਸੀਰੀਅਸ ਅਲੀਗੇਸ਼ਨ ਪੰਥਕ ਸਾਈਡ ਤੋਂ ਹੀ ਉਹਦਾ ਕਿਰ ਜਾਣਦਾ ਜਿਹੜਾ ਇੱਕ ਕੁਐਸਚਨ ਸੀਗਾ ਉਹਦੀ ਸਪੋਰਟ ਬੇਸ ਇਹ ਉਸ ਪੱਧਰ ਦਾ ਕਦੇ ਨਹੀਂ ਸੀ ਆਇਆ ਹੁਣ ਬਿਲਕੁਲ ਹੀ ਅਲੱਗ ਟਾਈਪ ਦਾ ਮਾਹੌਲ ਹੈ ਅਲੱਗ ਟਾਈਪ ਦਾ ਧਰਾਤਲ ਜਦੋਂ ਧਰਾਤਲ ਤੋਂ ਜ਼ਮੀਨ ਖਿਸਕਦੀ ਹੈ ਉਹਨੂੰ ਦੁਆਰਾ ਬੰਨਣ ਦੇ ਲਈ ਬਹੁਤ ਚਿਰ ਜਾਂਦੀਆਂ ਨਮੀਆਂ ਦੀ ਲੋੜ ਪੈਂਦੀ ਆ ਕਿਸੇ ਨਾ ਕਿਸੇ ਰੂਪ ਚ ਜਿਹੜੀਆਂ ਅਜੇ ਤੱਕ ਹੁੰਦੀਆਂ ਤਾਂ ਨਹੀਂ ਦਿਖਾਈ ਦੇ ਰਹੀਆਂ ਅਮੀਰ ਜੀ ਮੈਂ ਇੱਕ ਪੈਟਰਨ ਜਿਹੜਾ ਨਾ ਪਹਿਲਾਂ ਮੌਦੀ ਥੋੜੀ ਗੱਲ ਥੋੜੀ ਜੀ ਕਰ ਦਿਆਂ ਜਿਹੜੀ ਗੱਲ 10 ਅਗਸਤ ਤਰੀਕ ਮੈਂ ਜ਼ਿਕਰ ਕੀਤੀ ਹੈ ਚੰਡੀਗੜ੍ਹ ਪ੍ਰੈਸ ਕਲੱਬ ਦੇ ਦੇ ਵਿੱਚ ਬਾਲਮ ਸਾਹਿਬ ਦੀ ਜਿਹੜੀ ਇਹ ਲਾਈਨ ਸੀ ਕਿ ਅਸੀਂ ਇਹ ਇਨਕੁਆਰੀ ਨਹੀਂ ਕਰਾਉਣੀ ਮੈਨੂੰ ਅੱਗੇ ਤੋਰ ਤੋਰਦਾ ਹੋਣਾ ਔਰ ਇਹ ਚੇ ਫਿਰ ਅਲਟੀਮੇਟਲੀ ਆ ਜਾਂਦਾ ਹੈ ਇੱਕ ਅਪਰੋਚ ਦੀ ਗੱਲ ਹੈ ਤੁਹਾਡੀ ਰਿਪੋਰਟ ਨੂੰ ਜਨਤਕ ਨਾ ਕਰਨਾ ਇਹ ਉਸੇ ਥਿੰਕਿੰਗ ਦੇ ਵਿੱਚੋਂ ਨਿਕਲਦੀ ਤਰੀਕੋਂ ਆਉਂਦੀ ਹੈ ਤੁਸੀਂ ਇਹ ਵੈਵਰ ਬਰਗਾੜੀ ਵਾਲਾ ਮਾਮਲਾ ਲੈ ਲਓ ਜਿਹੜਾ ਐਟੀਟਿਊਡ ਹੈ ਤੁਹਾਨੂੰ ਉਹੀ ਕੰਟੀਨਿਉਟੀ ਤੁਹਾਨੂੰ ਲੱਗਦੇ ਵਿੱਚੋਂ ਨਜ਼ਰ ਆਏਗੀ ਬਿਲਕੁਲ ਕਲੀਅਰ ਇੱਕ ਕੀਰਤੀ ਆਕੇ ਇਹ ਕੰਟੀਨਿਊਟੀ ਚੱਲਦੀ ਹੈ ਜਦੋਂ 1 ਜੂਨ ਨੂੰ 2018 ਨੂੰ ਮੋਰਚਾ ਲੱਗਦਾ ਬਰਗਾੜੀ ਚ ਉਹ ਜਿਹੜਾ ਰਿਐਕਸ਼ਨ ਅਕਾਲੀ ਦਿੰਦਾ ਉਹਦੇ ਵਿੱਚ ਆਉਂਦੀ ਹੈ ਸੋ ਇੱਕ ਪੈਟਰਨ ਤੁਹਾਨੂੰ ਬੜਾ ਕਲੀਅਰ ਅਲਟੀਮੇਟਲੀ ਹੋ ਜਾਂਦਾ ਮੈਂ ਉਹਦੇ ਫਰਦਰ ਪਿੱਛੇ ਹਲੇ ਜੜਤ ਨਹੀਂ ਜਾਣਾ ਚਾਹੁੰਦਾ ਮੈਂ ਹਜੇ ਉੱਥੇ ਹੋਰ ਕੰਮ ਕਰ ਰਿਆ ਬੈਠਾ ਜੀ ਜਿਹੜੀ ਗੱਲ ਤੁਸੀਂ ਕਰਦੇ ਵੀ ਇਹ ਅਕਾਲੀ ਇਕਤਾ ਦੀ ਮਾਫੀ ਤਾਂ ਸੁਖਵੀਰ ਜੀ ਨੇ ਮੰਗ ਲਈ ਬਿਲਕੁਲ ਠੀਕ ਹੈ ਲੋਕ ਉਹਨੂੰ ਮਾਫੀ ਮਾਨ ਪ੍ਰਵਾਨ ਕਰਦੇ ਹੈ ਨਹੀਂ ਕਰਦੇ ਇਹ ਫੈਸਲਾ ਸਿੱਖਾਂ ਨੇ ਕਰਨਾ ਹੈ ਲੇਕਿਨ ਜਿਹੜਾ ਤਰੀਕਾ ਹੈ ਉਹ ਤੇ ਉਹ ਜਿਹੜਾ ਪੰਥਕ ਰਵਾਇਤ ਹੈ ਉਹਦੇ ਪੈਟਰਨ ਚ ਫਾਲੋ ਨਹੀਂ ਕਰਦਾ ਗੱਲ ਉਹ ਤਾਂ ਕਲੀਅਰ ਹੀ ਹੈ ਨਾ ਉਹ ਤਾਂ ਉਹਦੇ ਬਾਰੇ ਤਾਂ ਕੋਈ ਰੌਲੇ ਨਹੀਂ ਲੀਗਾ ਲੇਕਿਨ ਹੁਣ ਆਪਾਂ ਹੁਣ ਜਦੋਂ ਗੱਲ ਕਰ ਰਹੇ ਹਾਂ ਤੁਸੀਂ ਛੇੜ ਲਈ ਗੱਲ ਵੀ ਕਾਲੀ ਇਕਤਾ ਦੀ ਕੀ ਢੀਰਸਾ ਸਾਹਿਬ ਜਿਹੜਾ ਅਲੱਗ ਹੋਏ ਪਾਰਟੀ ਚੋਂ ਉਹ ਬਰ ਗਾੜੀ ਵਾਲੇ ਮਾਮਲੇ ਤੇ ਤਾਂ ਅਲੱਗ ਹੋਏ ਸੀਗੇ ਨਹੀਂ ਸਜੇ ਉਸ ਮਾਮਲੇ ਤੇ ਅਲੱਗ ਨਹੀਂ ਹੋਏ ਤੇ ਫਿਰ ਇਹ ਮਾਫੀ ਵਾਲੀ ਗੱਲ ਇਹਦੇ ਚ ਕਿੱਥੋਂ ਆ ਗਈ ਜਾਂ ਤਾਂ ਉਸ ਇਸ਼ੂ ਤੇ ਅਲੱਗ ਹੋਏ ਹੁੰਦੇ ਉਸ ਵੇਲੇ ਢੀਰਸਾ ਜੀ ਨੇ ਕਿਹਾ ਹੁੰਦਾ ਕਿ ਮਾਫੀ ਮੰਗੋ ਨਹੀਂ ਤਾਂ ਪਾਰਟੀ ਛੱਡ ਦੇ ਉਹ ਤਾਂ ਇਸ ਗੱਲ ਤੇ ਨਾ ਪਾਰਟੀ ਛੱਡੀ ਨਹੀਂ ਪਾਰਟੀ ਦਾ ਛੰਡੀ ਸੀ ਇਹਨਾਂ ਨੇ ਇਸ ਗੱਲ ਤੇ ਕਿ ਸ਼ਾਇਦ ਉਹ ਗੱਲ ਜਾਇਜ਼ ਵੀ ਸੀ ਕਿ 2017 ਤੋਂ ਬਾਅਦ ਜਦੋਂ ਇਹਨਾਂ ਨੇ ਗੱਲ ਕੀਤੀ ਕਿ ਅਕਾਰੀ ਦਲ ਦਾ ਪ੍ਰਧਾਨ ਮੋਰਲ ਔਰ ਰਿਸਪੋਨਸੀਬਿਲਟੀ ਲੈਵੇ ਆਪਣੀ ਹਾਰ ਦੀ ਗੱਲ ਤਾਂ ਉੱਥੋਂ ਸ਼ੁਰੂ ਹੁੰਦੀ ਹੈ ਬਰਗਾੜੀ ਦਾ ਇਹਦੇ ਨਾਲ ਕੋਈ ਤਾਲਕ ਨਹੀਂ ਹੈ। ਹੋਰ ਇਹ ਗੱਲ ਕਿੰਤਸਾ ਜੀ ਨੂੰ ਕੁਝ ਜਰੂਰ ਸਵੀਕਾਰ ਰਿਹਾ ਵੀ ਮਾਫੀ ਮੰਗ ਲਈ ਤੁਸੀਂ ਇਕੱਠੇ ਹੋ ਜੋ ਇਹ ਅਨਾਗੀ ਉਸ ਇਸ਼ੂ ਤੇ ਨਹੀਂ ਹੋਏ ਤੇ ਉਸ ਮਾਫੀ ਦੀ ਰੈਲੇਵੈਂਸ ਕੀ ਇਹ ਕਾਲੀ ਦਲ ਦੇ ਇਕੱਠੇ ਹੋਣ ਦੀ ਹੁਣ ਜਿਹੜਾ ਇਹਨਾਂ ਦਾ ਆਪਣਾ ਰੋਲ ਹੈ ਢਿੰਟਾ ਸਾਹਿਬ ਜੀ ਦਾ ਬਰਗਾੜੀ ਵਾਲੇ ਮਾਮਲੇ ਤੇ ਅਮੀਰ ਜੇ ਜਦੋਂ ਚੱਬੇ ਕਾਨਫਰੰਸ ਹੁੰਦੀ ਹੈ ਮੈਸਿਵ ਇਕੱਠ ਹੈ ਸिखਾਂ ਦਾ ਗੁੱਸਾ ਖੁੱਲ ਕੇ ਸਾਹਮਣੇ ਉਹ ਚਾਉਂਦਾ ਹੈ 2 ਲੱਖ ਬੰਦਾ ਉੱਥੇ ਇਕੱਠਾ ਹੁੰਦਾ ਉਸ ਤੋਂ ਬਾਅਦ ਜਿਹੜਾ ਕਾਲੀ ਦਲ ਦੇ ਵੱਲੋਂ ਅਫੀਸ਼ਲ ਸਟੇਟਮੈਂਟ ਇੱਕ ਇਸ਼ੂ ਹੁੰਦੀ ਹੈ ਰਾਦਰ ਮੈਂ ਪਰਸੋ ਚੌਥ ਆਰਟੀਕਲ ਆਪਣੇ ਬਲੌਗ ਤੇ ਪਾ ਕੇ ਹਟਿਆ ਮੈਂ ਫਰਾਰ ਕਾਡ ਪਿਛਲਾ ਦੇਖਿਆ ਜਿਹੜੀ ਸਟੇਟਮੈਂਟ ਅਕਾਲੀ ਦਲ ਦੀ ਅਫੀਸ਼ੀਅਲ ਆਉਂਦੀ ਚੱਬੇ ਦੇ ਵਿੱਚ ਉਰ ਤੇ ਲਿਖਿਆ ਵੀ ਇਹ ਪੰਜਾਬ ਦੀ ਸਰਪ ਭਾਵਨਾ ਨੂੰ ਖਤਰਾ ਹੈ ਇਹ ਲੋਕ ਜਿਹੜੇ ਹੈਗੇ ਤੇ ਕਾਫੀ ਕੁਸ਼ ਉਹਦੇ ਵਿੱਚ ਉਹਨਾਂ ਦੇ ਬਾਰੇ ਉਰ ਚ ਸਿਗਨੇਟਰੀ ਕੌਣ ਕੌਣ ਹੈ ਸਰ ਜੀ ਸਿੰਘ ਬਰਮਪੁਰਾ ਸਰ ਸੁਖਦੇਵ ਸਿੰਘ ਢੀਂਸਾ ਬਰਵਿੰਦਰ ਸਿੰਘ ਪੁੰਦੜ ਪ੍ਰੇਮ ਸਿੰਘ ਚੰਦੋਵਾਦ ਇਹਨਾਂ ਚਾਰ ਲੀਡਰਾਂ ਦੇ ਦੇ ਨਾਂ ਤੇ ਉਹ ਸਟੇਟਮੈਂਟ ਈਸ਼ੂ ਕੀਤੀ ਹੋਈ ਹੈ ਇਹ ਤਾਂ ਸਰਕਾਰ ਦੇ ਨਾਲ ਸੀ ਇਸ ਮਾਮਲੇ ਤੇ ਸੋ ਮਾਫੀ ਵਾਲੀ ਗੱਲ ਇੱਕਦਾਰੇ ਵਿੱਚ ਕਿੱਥੋਂ ਆ ਗਈ ਬਾਫੀ ਦਾ ਇਹਦੇ ਨਾਲ ਕੋਈ ਤੱਲਕ ਨਹੀਂ ਹੈ ਮੇਰੇ ਖਿਆਲ ਦੇ ਵਿੱਚ ਇਹ ਇਹ ਵੈਸੇ ਹੀ ਰਲਗੜ ਕੀਤਾ ਜਾ ਰਿਹਾ ਹੈ ਇਹ ਤਰੀਕਾ ਲੱਭਾ ਜਾ ਰਿਹਾ ਹੈ ਇਹ ਵਾਪਸ ਜਾਣਾ ਚਾਹੁੰਦੇ ਤੇ ਚਲੇ ਜਾਣਾ ਉਹਦੇ ਵਿੱਚ ਕੀ ਹੈ ਮਾਫੀ ਦਾ ਤਾਂ ਕੋਈ ਤੱਲਕ ਨਹੀਂ ਇਹ ਤਾਂ ਖੁਦਗੁਨਾਹਗਰ ਹੈਗੇ ਹੈ ਜੱਬਿਆਲੇ ਦੀ ਰੋਟੀ ਦੇ ਵਿੱਚ ਇਹ ਤਾਂ ਸਰਕਾਰ ਦੇ ਨਾਲ ਸੀਗੇ ਸਾਰੇ ਉਹ ਜਿਹੜੇ ਲੀਡਰ ਉਸ ਵੇਲੇ ਕਾਂਗਰਸ ਦੇ ਵਿੱਚ ਸੀਗੇ ਉਹ ਜੇ ਮਾਫੀ ਵਾਲੀ ਗੱਲ ਕਰਨ ਤਾਂ ਇਹ ਮੇਰੇ ਤਾਂ ਪੱਲੇ ਹੀ ਨਹੀਂ ਪੈਂਦੀ ਕਰ ਲੈ ਇਹ ਗਲਤ ਨਾਲ ਘਟ ਹੋ ਰਿਹਾ ਉਹ ਮਾਮਲਾ ਵੱਖਰਾ ਹੈ ਇਹ ਨਾਲ ਗੁਨਾਹਗਾਰ ਉਹ ਨਹੀਂ ਹੈਗੀ ਸਾਰੀ ਗਲਤੀ ਆ ਕੀ ਹਾਂਜੀ ਸੋ ਇਹ ਉਹ ਹੀ ਜੇ ਇਹਨਾਂ ਨੇ ਇਹ ਬਾਲਾ ਬਣਾ ਲਿਆ ਵਾਪਸ ਜਾਣ ਦਾ ਬਈ ਅਸੀਂ ਮੀਟਿੰਗ ਕਰਦੇ ਕਰਾਂਗੇ ਹੁਣ ਬੀਬੀ ਜਗੀਰਕੌਰ ਨੇ ਕੁਐਸਚਨ ਕਰ ਲਿਆ ਬਈ ਇਹ ਮਾਫੀ ਗਲਤ ਹੈ ਗਈ ਹੈ ਹੁਣ ਉਹ ਤਾਂ ਖੁੱਦ ਨਹੀਂ ਛੱਡ ਕੇ ਗਏ ਪਾਰਟੀ ਢੀਂਸਾ ਹੀ ਤਾਂ ਛੱਡ ਕੇ ਆਏ ਨਾ ਹੋਰ ਤਾਂ ਡੈਮੋਕਰੇਟਿਕਲੀ ਉਹਨੇ ਕਹਿੰਦਾ ਮੈਂ ਤਾਂ ਇੱੱਖੇ ਲੜਨੀ ਐ ਸੀ ਪੀਸੇ ਦੇ ਪ੍ਰਧਾਨ ਦੀ ਉਹ ਮਸਲਾ ਇਹ ਬਿਲਕੁਲ ਡਿਫਰੈਂਟ ਹੈ ਉਹਦਾ ਵੀ ਮਾਫੀ ਨਾਲ ਕੋਈ ਤਾਂ ਲਕ ਨਹੀਂ ਇਹਨਾਂ ਦੇ ਨਾਲ ਜੀ ਉਹ ਬੀਬੀ ਨੂੰ ਪਾਰਟੀ ਜਿਹੜਾ ਐਕਸਪੈਲ ਕਰਤਾ ਐਸੇ ਕਰਕੇ ਬੀ ਉਹ ਆਪਣਾ ਡੈਮੋਕਰੈਟਿਕ ਕ੍ਰਿਟਿਕ ਰਾਈਟ ਕਿਉਂ ਐਕਸਰਸਾਈਜ਼ ਕਰ ਰਹੀ ਹੈ ਉਹ ਇਸ਼ੂ ਬਿਲਕੁਲ ਡਿਫਰੈਂਟ ਹੈ ਸੋ ਮੇਰੇ ਨਹੀਂ ਪੱਲੇ ਪੈਂਦੀ ਗੱਲ ਹੈ ਕਿ ਇਹ ਮਾਫੀ ਨੂੰ ਇਹਨਾਂ ਦੀ ਘਰ ਵਾਫੀ ਦੇ ਕਿਉਂ ਨਾ ਕੀਤਾ ਜਾ ਰਿਹਾ ਜੇ ਢਿੰਸਾ ਜੀ ਨੇ ਵਾਪਸ ਜਾਣਾ ਆਪਣੀ ਪਾਰਟੀ ਫੈਸਲਾ ਕਰ ਲੈਣ ਚਲੇ ਜਾਣਾ ਵਾਪਸ ਹੋਰ ਵਿੱਚ ਕੀ ਹੈਗਾ ਇਹ ਪਾਰਟੀਆਂ ਤਾਂ ਲੋਕਾਂ ਉਹ ਜਾਂਦੇ ਰਹਿੰਦੇ ਕੋਈ ਨਵੀਂ ਗੱਲ ਹੈ ਕੀ ਮਾਫੀ ਦਾ ਬਾਨਾ ਨਹੀਂ ਮਾਫੀ ਤਾਂ ਗੱਲ ਹੀ ਵੱਖਰੀ ਹੈ ਅਸਲ ਚ ਮਾਮਲਾ ਸੀ ਜਿਹੜਾ ਦੋਨਾਂ ਦੇ ਐਲੀਗੇਸ਼ਨ ਸੀ ਅੰਦਰੂਨੀ ਜੰਗ ਹੋ ਰਹੀ ਹੱਥਾ ਦਾ ਕਿ ਪਾਰਟੀ ਦੇ ਅੰਦਰ ਡੈਮੋਕ੍ਰੇਸੀ ਹੈ ਕਿ ਨਹੀਂ ਢੀਂਡਸਾ ਸਾਹਿਬ ਉਦੋਂ ਕਹਿੰਦੇ ਰਹੇ ਕਿ ਬਾਦ ਵੱਡੇ ਬਾਦਲ ਨੂੰ ਕਿ ਤੁਸੀਂ ਪ੍ਰਧਾਨਗੀ ਲੈ ਲਓ ਤੁਹਾਡੀ ਚੱਲ ਜਾਗੇ ਸੁਖਵੀਰ ਨੂੰ ਪ੍ਰਧਾਨ ਨਾ ਬਣਾਓ ਸੁਖਵੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਹਟਣਾ ਇਹ ਡਿਮਾਂਡ ਚੱਲੀ ਸੀ ਲਗਾਤਾਰ ਉਹ ਮੌਰਲਸ ਜ਼ਿੰਮੇਵਾਰੀ ਲੈਂਦੇ ਹੋਏ ਔਰ ਬੀਬੀ ਜਗੀਰ ਕੌਰ ਦਾ ਵੀ ਬੇਸਿਕਲੀ ਡੈਮੋਕ੍ਰੇਸੀ ਦਾ ਹੀ ਕੁਐਸਚਨ ਸੀ ਵੀ ਜੇ ਮੈਂ ਲੜ ਵੀ ਲਾਉਂਗੀ ਤਾਂ ਵੀ ਕੀ ਹੈ ਕਾਂਗਰਸ ਨੇ ਵੀ ਤਾਂ ਦੋ ਅੰਦਰ ਲੜਾਈ ਲੈ ਆਪਣੇ ਪ੍ਰਧਾਨਗੀ ਜਿਹੜਾ ਜਿੱਤ ਗਿਆ ਉਹ ਬਣ ਜਾਊਗਾ ਪਰ ਉਹਨਾਂ ਨੇ ਇਜਾਜ਼ਤ ਨਹੀਂ ਦਿੱਤੀ ਤੇ ਉਹਨਾਂ ਨੇ ਬੀਬੀ ਨੂੰ ਬਾਹਰ ਕੱਢਤਾ ਉਸ ਸਾਰੇ ਮਾਮਲੇ ਦੇ ਵਿੱਚ ਵੀ ਨਹੀਂ ਜਮਹੂਰੀਅਤ ਦਾ ਸਵਾਲ ਨਹੀਂ ਝੋਦਾ ਕਮੇਟੀ ਦੀ ਰਿਪੋਰਟ ਵੀ ਅਸਲ 'ਚ ਤਾਂ ਜਮਹੂਰੀਅਤ ਦਾ ਕੁਐਸਚਨ ਸੀ ਬੇਸਿਕਲੀ ਅੰਦਰੋਂ ਕਿ ਇੱਕ ਪ੍ਰਧਾਨ ਕਿੰਨਾ ਕੁ ਚਿਰ ਰਹੇ ਅਜਲਾਸ ਹੋਣੇ ਚਾਹੀਦੇ ਨੇ ਇਟਲੀਆ ਇਕਾਈਆਂ ਦੀ ਕੋਈ ਪਾਵਰ ਹੋਣੀ ਚਾਹੀਦੀ ਹੈ ਨਾਮਿਨੇਸ਼ਨਾਂ ਨਹੀਂ ਹੈ ਤਾਂ ਸਾਰੇ ਮਾਮਲੇ ਉਸ ਪੱਧਰ ਦੇ ਸੀ ਪਰ ਉਹ ਨੈਰੇਟਿਵ ਤਾਂ ਹੁਣ ਸਾਈਡ ਲਾਈਨ ਹੋ ਗਿਆ ਲੱਗਦਾ ਹੈ ਕਿ ਸਾ ਇੱਕ ਗੱਲ ਤੇ ਹੀ ਇਸ ਲੈਵਲ ਤੇ ਚੱਲਦਾ ਰਹੂਗਾ ਡੈਮੋਕ੍ਰੇਸੀ ਦਾ ਕਨਸੈਪਟ ਸ਼ਾਇਦ ਸਾਡੇ ਪੂਰੇ ਦੇਸ਼ 'ਚ ਹੀ ਜਾਂ ਪੰਜਾਬ ਵੀ ਉਹਦੇ ਵਿੱਚ ਹੀ ਹੈ ਕੋਈ ਬਹੁਤ ਜ਼ਿਆਦਾ ਨਹੀਂ ਜੇ ਤਾਂ ਸਿੱਖ ਫਿਲਾਸਫੀ ਤੇ ਚੱਲਦੇ ਤਾਂ ਸਗਤ ਹੀ ਪੰਜ ਪ੍ਰਧਾਨੀ ਤਾਂ ਹੋਰ ਟਾਈਪ ਦੀ ਕੋਈ ਗੱਲ ਹੁੰਦੀ ਤੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਵੀ ਕਿਵੇਂ ਹੋਇਆ 150 ਐਮਪੀ ਚਾਕੇ ਬਾਹਰ ਕਰਤਾ ਤੇ ਇੱਕ ਦਿਨ ਪਹਿਲਾਂ ਹੀ ਪਾਰਲੀਮੈਂਟ ਦਾ ਜਿਹੜਾ ਸੈਸ਼ਨ ਆ ਪੂਰੇ ਤਰ੍ਹਾਂ ਖਤਮ ਹੋ ਜਾਂਦਾ ਵੀ ਚਲੋ ਜੀ ਕਿਉਂਕਿ ਡਿਬੇਟ ਹੋਈ ਹੋਣੀ ਜੇ ਉਹ 150 ਅੰਦਰ ਹੁੰਦਾ ਸ਼ਾਇਦ ਇੱਕ ਦਿਨ ਹੋਰ ਕਰਨਾ ਪੈਂਦਾ ਐਡੇ ਇੰਪੋਰਟੈਂਟ ਜਿਹੜੇ ਮੁੱਦੇ ਮਤੇ ਕਾਨੂੰਨ ਆਏ ਬਿਲ ਆਏ ਉਹ ਬਿਨਾ ਬਹਿਸ ਤੋਂ ਹੀ ਲਗਭਗ ਪਾਸ ਹੋ ਗਏ ਤਾਂ ਇੱਕ ਗੱਲ ਤਾਂ ਉਹਦੇ ਨਾਲੇ ਹੋਈ ਹੈ ਮੇਰੇ ਖਿਆਲ ਨੇ ਤੱਕ ਕੇ ਇੰਡੀਆ ਅਲਾਈਂਸ ਨੂੰ ਇਕੱਠੇ ਜ਼ਰੂਰ ਕਰਤਾ ਮੋੜ ਕੇ ਜਿਹੜੀ ਥੋੜਾ ਬਹੁਤ ਖਿੰਡ ਫੁੰਡ ਆਉਂਦੀ ਸੀ ਤੇ ਅੱਜ ਜੰਤਰਮੰਤਰ ਤੇ ਐਜੇ ਪ੍ਰੋਟੈਸਟ ਰੂਪ ਦੇ ਵਿੱਚ ਉਹ ਇਕੱਠੇ ਦਿਖਾਈ ਦਿੱਤੇ ਸਾਰੇ ਦੇ ਸਾਰੇ ਕਿ ਇਹ ਤਾਨਾशाही ਰੁਚੀਆਂ ਵੱਲ ਵੱਧ ਰਹੀ ਚੀਜ਼ ਹੈ ਤੇ ਇਹਦੇ ਲਈ ਸਾਰਾ ਅਲਾਈਅንስ ਇਕੱਠਾ ਹੈ ਤੇ ਅਸੀਂ ਸੰਵਧਾਨ ਨੂੰ ਬਚਾਉਣ ਲਈ ਡੈਮੋਕ੍ਰੇਸੀ ਨੂੰ ਬਚਾਉਣ ਲਈ ਇਨਸਾਫ ਨੂੰ ਬਚਾਉਣ ਲਈ ਨਫ਼ਰਤ ਦੇ ਮੁਕਾਬਲੇ ਮੁਹੱਬਤ ਦਾ ਪੈਗਾਮ ਦੇਣ ਲਈ ਇਹੋ ਜਿਹੀਆਂ ਗੱਲਾਂ ਕਾਫੀ ਅੱਜ ਜੱਤਰ ਮੰਤਰ ਤੇ ਸੁਣੀਆਂ ਗਈਆਂ ਵੱਖ-ਵੱਖ ਲੀਡਰਸ਼ਿਪ ਵੱਲੋਂ ਇਹ ਤਾਂ ਨਹੀਂ ਪਤਾ ਉਹਨੋਂ ਪਾਰਟੀਆਂ ਦੇ ਅੰਦਰ ਤਾਂ ਹੀ ਆ ਜਿਹੜੀਆਂ ਇੰਡੀਆ ਅਲਾਈਅንስ ਚ ਵੀ ਪਾਰਟੀਆਂ ਨੇ ਉਹ ਵੀ ਬਹੁਤੀਆਂ ਪਰਿਵਾਰ ਦੀਆਂ ਹੀ ਨੇ ਤੇ ਬੰਮੇ ਨਹੀਂ ਨੇ ਜ਼ਿਆਦਾਤਰ ਅੰਦਰੂਨੀ ਜ਼ਿੰਮੇਵਾਰਤਾ ਪਾਰਟੀਆਂ ਸਾਰੀਆਂ ਚ ਵੀ ਬਹੁਤੀ ਨਹੀਂ ਆ ਉਸ ਪਦਰ ਦੇ ਉੱਤੇ ਜਿਸ ਪਦਰ ਦੇ ਉੱਤੇ ਡਿਮਾਂਡ ਕੀਤੀ ਜਾਂਦੀ ਹੈ ਕਿ ਹੋਵੇ ਪਰ ਫਿਰ ਵੀ ਇੱਕ ਜੇਕਰ ਅਲਾਈਸ ਓਵਰਆਲ ਬਣ ਜਾਂਦਾ ਤਾਂ ਉਹਦੇ ਨਾਲ ਸ਼ਾਇਦ 2024 ਦੀ ਇਲੈਕਸ਼ਨ ਦਿਲਚਸਪ ਹੋ ਜਾਏਗੀ ਥੋੜੀ ਜੀ ਕਿਉਂਕਿ ਇੱਕ ਪੂਰਾ ਅਲਾਈਸ ਦੂਜੇ ਐਨਡੀਏ ਨਾਲ ਜਾਂ ਭਾਜਪਾ ਨਾਲ ਲੜਨ ਲਈ ਲੀਡਰਸ਼ਿਪ ਦੇ ਤੌਰ ਤੇ ਵੱਖ-ਵੱਖ ਤੌਰ ਤੇ ਤਿਆਰ ਹੋ ਜਾਏਗਾ ਉਸ ਪਦਰ ਦੇ ਉੱਤੇ ਤਾਂ ਇਹਦੇ ਨਾਲ ਜਿਹੜੇ ਪੰਜਾਬ ਵਾਲੇ ਨੇ ਆਪ ਵਾਲੇ ਵੀ ਤੇ ਪੰਜਾਬ ਵਾਲੇ ਕਾਂਗਰਸ ਵਾਲੇ ਵੀ ਅਜੇ ਅਲੱਗ ਤਰ੍ਹਾਂ ਦਾ ਡਿਬੇਟਾ ਰੋਜ਼ ਆਪਾਂ ਸੁਣਦੇ ਆ ਤੇ ਅਲੱਗ ਤਰ੍ਹਾਂ ਬੋਲੀ ਬੋਲਦੇ ਨੇ ਜੰਤਰ ਮੰਤਰ ਹੋਰ ਤਰ੍ਹਾਂ ਬੋਲੀ ਬੋਲ ਰਿਹਾ ਅੰਜ ਜਿਸ ਢੰਗ ਨਾਲ ਇਹ ਗੱਲਾਂ ਕਰ ਰਹੇ ਸੀਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਟੋਟਲ ਸਿਆਸਤ ਪੰਜਾਬ ਤੇ ਵੀ ਉਹ ਅਸਰ ਅੰਦਾਜ਼ ਕਰੇਗੀ ਤੇ ਪੂਰੇ ਦੇਸ਼ ਦੇ ਵਿੱਚ ਵੀ ਅਸਰ ਅੰਦਾਜ਼ ਹੋਏਗੀ ਜੇ ਉਹ ਇਕੱਠੇ ਰਹਿ ਜਾਂਦੇ ਨੇ ਤਾਂ ਹਿੰਦੁਸਤਾਨ ਦੀ ਪਾਰਲੀਮੈਂਟ ਨੇ ਇਤਿਹਾਸ ਸਰ ਜੈ ਵੀ 150 ਬੰਦਾ ਐਕਸਪੈਂਡ ਕਰਕੇ ਮੇਰਾ ਖਿਆਲ ਹੈ ਦੁਨੀਆਂ ਦੇ ਕਿਸੇ ਪਾਰਲੀਮੈਂਟਰੀ ਸਿਸਟਮ ਦੇ ਵਿੱਚ ਕਦੇ ਐਫ ਦਾ ਕੰਮ ਨਹੀਂ ਹੋਇਆ ਅਮਰੀਕਨਸ ਨੇ ਵੀ ਇਹਦਾ ਨੋਟਿਸ ਲਿਆ ਉਹਨਾਂ ਦੀ ਕੋਈ ਮੇਰੇ ਖਿਆਲ ਸ਼ਰਫਾਰਮੇਸ਼ਨ ਕਮੇਟੀ ਹੈ ਕਿਹੜੀ ਹੈ ਉਹਨਾਂ ਦਾ ਕੋਈ ਰਿਐਕਸ਼ਨ ਆਇਆ ਹੋਇਆ ਇੱਥੇ ਨਹੀਂ ਬਸ ਸਾਰੀ ਦੁਨੀਆ ਵਾਚ ਕਰ ਰਹੀ ਹੈ ਵੀ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਗਣੀ ਜਾਂਦੀ ਹੈ ਭਾਰਤ ਇੰਡੀਆ ਦੈਟ ਇਜ਼ ਭਾਰਤ ਵੀ ਉਹ ਕਿਵੇਂ ਫੰਕਸ਼ਨ ਕਰ ਰਹੀ ਹੈ ਤੇ ਕਿਵੇਂ ਬਿਹੇਵ ਕਰ ਰਹੀ ਹੈ ਓਪਨ ਡੈਮੋਕ੍ਰੇਸੀ ਸਭ ਕੁਝ ਬੜੀਆ ਗੱਲ ਲੱਗੀ ਹੈ ਦੇਖੇ ਜਿਹੜੇ ਫੰਕਸ਼ਨਿੰਗ ਹੈ ਡੈਮੋਕ੍ਰੇਸੀ ਰੀ ਦੀ ਉਹ ਮੈਂ ਇਹਨੂੰ ਕੋਲੋਨੀਅਲ ਡੈਮੋਕ੍ਰੇਸੀ ਇਸ ਕਰਕੇ ਕਹਿੰਦਾ ਹਾਂ ਮੈਂ ਉਸ ਮਾਈਂਡ ਸੈਟ ਚੋਂ ਅਸੀਂ ਬਾਹਰ ਨਿਕਲੇ ਹੀ ਨਹੀਂ ਵੀ ਜੀ ਹਜੂਰ ਤੇ ਸਾਹ ਵਾਲਾ ਉਥਰੀ ਉਥੇ ਸਾਰਾ ਸਿਸਟਮ ਖੜਾ ਹੈ ਲੱਗਿਆ ਸੀ ਵੀ ਹੁਣ ਆਸ ਕੋ ਜ ਤਿੰਨ ਇਹ ਕਾਨੂੰਨ ਅਗਰਿਆਂ ਦੇ ਵੇਲੇ ਦੇ ਅਸੀਂ ਬੜੇ ਚਿਰ ਤੋਂ ਗੱਲ ਕਰਦੇ ਆ ਰਹੇ ਹਾਂ ਵੀ ਮੁਲਕ ਆਜ਼ਾਦ ਤਾਂ 47 ਚ ਹੋ ਗਿਆ ਉਹਨਾਂ ਅੰਗਰੇਜ਼ਾਂ ਨੂੰ ਦੇਸੀ ਅੰਗਰੇਜ਼ਾਂ ਨਾਲ ਰਿਪਲੇਸ ਕਰਦਾ ਕਾਨੂੰਨ ਹੋ ਹੀ ਰਿਹਾ। ਮੈਂਟੈਲਿਟੀ ਹੋ ਹੀ ਰਹੀ। ਜੀਹ ਹਜੂਰੀ ਹੋ ਹੀ ਰਹੀ। ਹੁਣ ਵੀ ਲੱਗਦਾ ਸੀ ਵੀ ਚਲੋ ਇਹ ਨਵੇਂਕਰੂਨ ਆ ਰਹੇ ਆ ਤੇ ਇੱਕ ਪ੍ਰੋਗਰੈਸਿਵ ਸਟੈਪ ਹੈਗਾ। ਉਸ ਜਿਹੜੀ ਕਲੋਨੀਅਲ ਦੇਖ ਹੈ ਮੁਲਕ ਦੀ ਉਹ ਚੋਂ ਸਾਰੀ ਗੱਲ ਬਾਹਰ ਨਿਕਲੇਗੀ। ਇੱਕ ਤਾਂ ਮਤਲਬ ਉਹ ਥੋੜੀ-ਬਹੁਤ ਚੇਂਜ ਕੀਤੀ ਹੈ। ਰਾਦਰ ਪਹਿਲਾਂ ਨਾਲੋਂ ਵੀ ਜ਼ਿਆਦਾ ਸਖਤ ਹੋ ਗਈ ਕੁਝ ਗੱਲਾਂ ਦੇ ਵਿੱਚ। ਸਿਰਫ ਹਿੰਦੀ ਦੇ ਟਾਈਟਲ 'ਤੇ ਪੋਕ ਜਿਆਦਾ ਕੀਤੇ ਐ। ਬਾਕੀ ਗੱਲ ਉੱਥੇ ਖੜੀ ਐ। ਇਹ ਇਸ਼ੂ 'ਤੇ ਖੁੱਲ ਕੇ ਬਹਿਸ ਹੋਣੀ ਚਾਹੀਦੀ ਸੀ ਔਰ ਰਦਰ ਕਈ ਦਿਨ ਬਹਿਸ ਹੋਣੀ ਚਾਹੀਦੀ ਸੀ ਕਿ ਇਹ ਨਵੇਂ ਕਾਨੂੰਨ ਨਵੇਂ ਭਾਰਤ ਦੇ ਵਿੱਚ ਕਿਵੇਂ ਇਹ ਸਾਰੇ ਇੰਟਰੋਡਸ ਕਰਨਾ। ਉਹ ਤਾਂ ਸਕਟਲ ਹੀ ਹੋ ਗਿਆ ਸਾਰਾ ਕੁਝ। ਐਮਪੀ ਸਾਰੇ ਬਾਹਰ ਕੱਢਦੇ। ਹੁਣ ਇਸ਼ੂ ਕੀ ਐ? ਇਸ਼ੂ ਸਿਕਿਉਰਟੀ ਬ੍ਰੀਚ ਨਹੀਂ ਐ ਮੇਰੇ ਖਿਆਲ ਦੇ ਵਿੱਚ। ਉਹਦਾ ਉਹਨਾਂ ਨੇ ਫੋਕਸ ਕੀਤਾ ਜਿਹੜੇ ਲੋਕ ਇਹ ਫੜੇ ਗਏ ਦੋ ਬੰਦਿਆਂ ਦਰਜੰਮ ਕੀਤੇ ਚਾਰ ਹੋਰ ਫੜੇ ਗਏ ਦੋbaar ਸੀਗੇ ਉਹਨਾਂ ਨੇ ਇਸ਼ੂ ਫੋਕਸ ਕੀਤੇ ਅਸੀਂ ਉਹਨਾਂ ਇਸ਼ੂਸ ਦੀ ਗੱਲ ਨਹੀਂ ਕਰ ਰਹੇ ਆ ਸੋਲੂਸ਼ਨ ਵੀ ਇਰਨ ਕੋਸ਼ਿਸ਼ ਕੀਤੀ ਹੈ ਇਸ਼ੂ ਵਾਲਾ ਮੋਰ ਨਹੀਂ ਖਾਸ ਕਰਕੇ ਰਾਹੁਲ ਗਾਂਧੀ ਨੇ ਵੀ ਕੀਤੀ ਹੈ ਇਸ਼ੂ ਅਨਪਲਾਈਮੈਂਟ ਹੈ ਇਕਨੋਮੀ ਹੈ ਗਲਤ ਅਸਲੀ ਉਹ ਹੈ ਇਸ ਪਾਸੇ ਸੀ ਕਿਨੇ ਪਗ ਸਿੰਘ ਸ਼ਹੀਦ ਪਗ ਸਿੰਘ ਸਾਡਾ ਹੀਰੋ ਹੈ ਉਹ ਉਹਨੇ ਤਬਦੀਕੇ ਦਤ ਨੇ ਇਸੇ ਹੀ ਪਾਰਲੀਮੈਂਟ ਦੇ ਵਿੱਚ ਹੁਣ ਤਾਂ ਨਵੀਂ ਬਣ ਕੇ ਕੋਲ ਨਵੀਂ ਚ ਹੋਇਆ ਪੁਰਾਣੇ ਦੇ ਵਿੱਚ ਉਹਨਾਂ ਨੇ ਇੱਕ ਫੋਕਾ ਬੰਦ ਝਟਿਆ ਸੀਗਾ ਤੇ ਨਾਲ ਫਲਸਫੇ ਦਿੱਤੀ ਸੀ ਟੂ ਮੇਕ ది ਡੈਥ ਦਾ ਫੀਅਰ ਬੋੜਿਆਂ ਨੂੰ ਸੁਣਾਉਣ ਦੀ ਗੱਲ ਕੀਤੀ ਸੀਗੀ ਕਿ ਸਾਡੇ ਮਸਲੇ ਸੁਣੋ ਇਹਨਾਂ ਨੇ ਵੀ ਆਪਣੇ ਮਸਲਿਆਂ ਤੇ ਇੱਕ ਗੱਲ ਫੋਕਸ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੂੰ ਤੁਸੀਂ ਅਤਵਾਦੀ ਰੂਪ ਦੇ ਵਿੱਚ ਲੈ ਕੇ ਡਾਇਵਰਟ ਕਰ ਰਹੇ ਹੋ ਯਾ ਤਾਂ ਤੁਸੀਂ ਭਾਗ ਦੇ ਸਿਕਨ ਨੂੰ ਹੀਰੋ ਕਹਿਣਾ ਛੱਡ ਦਿਓ। ਜੀਰੋ ਉਹ ਕਿਤਾਬਾਂ ਦੇ ਵਿੱਚ ਸਾਰਾ ਕੁਝ ਪਿਆ ਹੈ। ਫਰਾਂਸੀ ਦੀ ਆਪਣੀ ਬੰਬ ਵੀ ਪਈ ਹੈ, ਸਭ ਕੁਝ ਹੈਗਾ। ਜੀਰੋ ਮੰਦੇ ਹੈ। ਹਰਥਾਲੇ ਫੋਟੋਆਂ ਲੱਗੀਆਂ ਵੀ ਆ ਡਾਕਟਰਾਂ ਦੇ ਵਿੱਚ। ਤੇ ਜੇ ਕਿਸੇ ਨੇ ਉਹਦੀ ਕਾਪੀ ਕੀਤੀ, ਉਹਨੂੰ ਕਹਿੰਦੇ ਵੀ ਇਹ ਐਂਟੀ ਨੈਸ਼ਨਲ ਹੈ। ਤੁਸੀਂ ਇਹਨੂੰ ਓਪਨ ਹਾਰਟਿਡ ਇਸ ਅਪਰੋਚ ਨੂੰ ਲਓ। ਸਜ਼ਾ ਦਿਓ ਕੋਈ ਗੱਲ ਨਹੀਂ। ਲੇਕਿਨ ਜਿਸ ਢੰਗ ਦੇ ਨਾਲ ਇਹ ਸਿਸਟਮ ਬਿਲਡ ਅਪ ਕੀਤਾ ਜਾ ਰਿਹਾ ਹੈ ਉਹ ਇੱਕ ਵੱਖਰੀ ਇਸ਼ੂ ਹੈ ਜੇ ਠੀਕ ਅਪਰੋਚ ਕੀ ਹੈ ਜਿਹੜੇ ਇਸ਼ੂ ਸਾਹਮਣੇ ਲੋਕਾਂ ਦੇ ਹੈਗੇ ਆ ਉਹਨਾਂ ਨੂੰ ਅਡਰੈਸ ਕਰੋ ਉਹਨਾਂ ਨੇ ਫੋਕਸ ਕਰਨ ਦੀ ਗੱਲ ਕੀਤੀ ਹੈ ਜੇ ਸਿਸਟਮ ਤੁਹਾਡਾ ਵੀਕ ਹੈ ਤੇ ਤੁਸੀਂ ਆਪਣਾ ਸਿਸਟਮ ਇੰਪਰੂਵ ਕਰੋ ਸੋ ਇੱਥੇ ਸਾਰੀ ਗੱਲਬਾਤ ਹੈਗੀ ਹੈ ਓਏ ਹੁਣ ਇਹਨਾਂ ਨੇ ਜਿਹੜੇ ਇਹ 150 ਐਮਪੀ ਕਢਿਆ ਪਾਰਲੀਮੈਂਟ ਤੋਂ ਇਨਨ ਨੇ ਇੰਡੀਆ ਅਲਾਈਸ ਪੱਕੀ ਕਰਤੀ ਪਹਿਲਾਂ ਕਿਤੋਂ ਪਰਤੂ ਹੋ ਰਹੇ ਸੀਗੇ ਜਿਹੜੀਆਂ ਪੰਜ ਅਸੈਂਬਲੀ ਦੇ ਇਲੈਕਸ਼ਨ ਹੋਣ ਜਾਂ ਉਹਦੇ ਵਿੱਚ ਵਖਰੇਵਾ ਇਹਨਾਂ ਦਾ ਆ ਗਿਆ ਸੀਗਾ ਓਵਰਨਾਈਟ ਵਖਰੇਵਾ ਖਤਮ ਹੋ ਗਿਆ ਹੁਣ ਪੰਜਾਬ ਵਰਗੀ ਸਟੇਟੀਆਂ ਕਿਤੇ ਇੱਕ ਦੋ ਹੋਰ ਸਾਡੇ ਕੋਈ ਰੋਲੇ ਲੋਕਲ ਪੈ ਰਹੇ ਆ ਜੇ ਇੱਥੇ ਅਲੱਗ-ਅਲੱਗ ਲੜ ਵੀ ਲੈਣਗੇ ਪੰਜ-ਛੇ ਸੀਟਾਂ ਦਾ ਕੋਈ ਫਰਕ ਨਹੀਂ ਪੈਂਦਾ ਜਦੋਂ ਇਹ ਆਈਡੀਆ ਇੰਡੀਆ ਅਲਾਈანს ਦਾ ਬਣਿਆ ਸੀ ਉਰ ਵਿੱਚ ਬੇਸਿਕ ਇਸ਼ੂ ਸੀ ਵੀ 400 ਸੀਟਾਂ ਘਟੋ ਘਟ ਅਸੀਂ ਆਡੈਂਟੀਫਾਈ ਕਰ ਲੋ ਜਿਹੜੇ ਚ 1 ਟੂ 1 ਇਹ ਕੰਟੈਸਟ ਹੋਵੇ। ਸੋ ਇਹ ਆਲਰੇਡੀ ਮੰਨ ਕੇ ਤੁਰੇ ਸੀ ਵੀ ਹਰ ਥਾਂ ਦੇ ਪੋਸੀਬਲ ਸ਼ਹਿਰ ਨਾ ਹੋਵੇ। ਜੇ ਪੰਜਾਬ 'ਚ ਨਹੀਂ ਹੁੰਦਾ ਤਾਂ ਨਾ ਹੋਏ ਕੋਈ ਗੱਲ ਨਹੀਂ। ਟੋਟਲ ਤੇ ਸੀਟਾਂ ਹੀ 13 ਪੰਜਾਬ ਦੀਆਂ ਤਾਂ। ਅਸੀਂ ਰੌਲਾ ਜਿਆਦਾ ਪਾ ਰਹੇ ਹਾਂ। ਸੀਟਾਂ ਸਾਡੀਆਂ ਹੈ ਨਹੀਂ। ਸੋ ਨੈਸ਼ਨਲ ਲੈਵਲ ਤੇ ਦਿੱਲੀ ਦੇ ਵਿੱਚ ਉਹਨਾਂ ਨੇ ਪ੍ਰੋਟੈਸਟ ਕੀਤਾ ਅੱਜ। ਇਹ ਬ੍ਰੀਚ ਨੂੰ ਲੈ ਕੇ ਤੇ ਨਾਲ ਇਸ਼ੂ ਫੋਕਸ ਕੀਤੇ ਆ। ਮੇਰੇ ਖਿਆਲ ਇਹ ਨਰੇਟਿਵ ਬਣਾਉਣਾ ਚਾਹੀਦਾ ਜੇ ਇਹਦੇ ਵਿੱਚੋਂ ਮੋਦੀ ਸਰਕਾਰ ਦੇ ਖਿਲਾਫ ਜਾਂ ਬੀਜੇਪੀ ਦੇ ਸਰਕਾਰ ਦੇ ਖਿਲਾਫ ਕੋਈ ਨਰੇਟਿਵ ਇਹ ਬਿਲਡ ਹੋ ਜਾਂਦਾ ਹੈ ਇੰਡੀਆ ਆਲਾਈਟ ਕੋ ਨਰੇਟਿਵ ਨਹੀਂ ਆਇਆ ਜੇ ਮੋਦੀ ਸਰਕਾਰ ਨੂੰ ਕਾਉਂਟਰ ਕਰਾਸਤੇ ਜੇ ਇਹਦੇ ਵਿੱਚੋਂ ਨਰੇਟਿਵ ਬਿਲਡ ਹੁੰਦਾ ਹੈ ਤੇ ਮੇਰੇ ਖਿਆਲ ਬੜੀ ਵਧੀਆ ਗੱਲ ਹੈ ਇਹਨਾਂ ਨੂੰ ਇਸ ਪਾਸੇ ਪੁਰਨਾ ਚਾਹੀਦਾ ਬਿਲਕੁਲ ਐਮਪੀ ਆਂ ਦਾ ਕੱਢਣਾ ਤੇ ਕਾਨੂੰਨ ਪਾਸ ਕਰ ਦੇਣਾ ਇਹ ਆਮੇ ਟੈਕਨੀਕਲ ਤਾਂ ਦਾ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਕੋਲ ਮੈਜੋਰਟੀ ਆ ਕਰ ਲਿਆ ਪਰ ਉਹ ਡੈਮੋਕ੍ਰੇਸੀ ਦੀ ਜਿਹੜੀ ਰੂਹ ਹੁੰਦੀ ਆ ਜਿਹੜਾ ਉਹਦੀ ਸੈਂਸ ਆਫ ਡੈਮੋਕ੍ਰੇਸੀ ਜਿਹਨੂੰ ਆਪਾਂ ਕਹਿੰਦੇ ਆ ਉਹ ਜ਼ਰੂਰ ਖੋਈ ਆ ਮਤਲਬ ਉਹਦੇ ਨਾਲ ਕੋਈ ਉਹ ਜਿਹੜੀ ਬਜਵੀਤਾ ਹੁੰਦੀ ਆ ਲੈਜਿਟਿਮੇਸੀ ਹੁੰਦੀ ਆ ਉਹਦੇ ਤੇ ਸਵਾਲ ਉੱਠਦੇ ਹੀ ਰਹਿਣਗੇ ਹਮੇਸ਼ਾ ਵੀ ਜੇ ਕਾਨੂੰਨ ਫੇਰ ਐਂ ਬਣਾਉਣੇ ਨੇ ਤਾਂ ਆਪੋਜੀਸ਼ਨ ਦੀ ਰੋੜ ਇਹ ਨਹੀਂ ਹੁੰਦੀ ਸਭਾ ਬਹੁਗਿrti ਬੈਠ ਕੇ ਬਣਾ ਲਿਆ ਕਰੇ ਆਪੋਜੀਸ਼ਨ ਆਪਣਾ ਕੰਮ ਕਰਿਆ ਕਰੇ ਹਾਰੇ ਹੋਏ ਬੰਦੇ ਕਾਨੂੰਨ ਪਾਰਲੀਮੈਂਟ ਜਾਣਗੇ ਜਾਂ ਕਿਤੇ ਜਾਣਗੇ ਇਹ ਚੀਜ਼ਾਂ ਜ਼ਰੂਰ ਅੱਗੇ ਬਹੁਤ ਸੀਰੀਅਸਲੀ ਵਿਚ ਦੇਸ ਦੇ ਲੋਕਾਂ ਦੇ ਵੀ ਪੋਲਿਟਿਕਲ ਤੇ ਰਾਹnde ਵੀ ਔਰ ਜੇ ਲੋਕਾਂ ਦਾ ਭਰੋਸਾ ਬਹਾਰ ਰੱਖਣਾ ਹੈ ਤਾਂ ਇਹਨਾਂ ਗੱਲਾਂ ਤੇ ਬਹੁਤ ਨਿਚਲੇ ਤੋਂ ਲੈ ਕੇ ਉੱਪਰ ਤੱਕ ਦੇ ਸੰਵਾਦ ਦੀ ਜਰੂਰਤ ਹੈ ਤੇ ਅੱਜ ਲਈ ਇੰਨਾ ਹੀ ਸਿਰ ਮਿਲਾਗੇ ਬਹੁਤ ਬਹੁਤ ਓਕੇ ਜੀ